दिन हो। सत श्री अकाल प्यारे विद्यार्थियों, समूह विद्यार्थियों अध्यापक साहबान नू मेरे ते हरमीत वालों बड़े प्यार भरी सत श्री अकाल जी। सारे बच्चे अज तुहाडे नाल असीं बहुत ही इंपोर्टेंट टॉपिक डिस्कस करन आए हाँ। मेरे नाल अज स्टूडियो दे विच इस विषय ते गलबात करन दे लई सरदार हरमीत सिंह जी स्पेशल अमृतसर तो बच्चे तुहाडे नाल गलबात करन आए ने। सो सब तो पहला हरमीत तुहाडा इत्थे आण ते असीं स्वागत करदे हाँ। थैंक यू जी, बहुत बहुत हरमीत जी ते मैं अज बच्चे तुहाडे नाल जिस विषय ते गलबात करांगे ये एक आम जानकारी का विषय भी है। आम जानकारी का विशा होने के नाल नाल आम जानकारी का विशा होने के नाल नाल बच्चे मैं तुहानू ये भी दसदी हाँ कि पेपर के पॉइंट ऑफ व्यू तो हरमीत ये इन्हों का बहुत ही इंपोर्टेंट लैसन है। मतलब इत्थे मैं ये गल भी कहना चाहनी हाँ कि जदों आपां कई बार कुछ लैसन छड्ड भी दिंदे आ जे कुछ एक बच्चे वैसे मैं नहीं कहती कि तुसी छड्डो पर जे तुसी कुछ एक लैसन छड्ड भी दिंदे हो ते कुछ एक लैसन बहुत वधिया तरह करके जाने हो तो उहदे विच भी ये लैसन जो है बहुत इंपोर्टेंट है, वेरी वेरी इंपोर्टेंट। तकरीबन 4 नंबर तो लैके 6, 8, 10 नंबर का पेपर इहदे विचों जरूर आता है। सो मैं जिस लैसन की गल कर रही हाँ बच्चे वह है भारतीय चोण प्रणाली, भारतीय चोण आयोग अते भारत की चोण प्रक्रिया, इलैक्शन प्रोसैस भी है ये इलैक्शन कमीशन की गलबात करांगे। इंडिया की इलैक्शन प्रोसैस दियाँ की फीचर्स ने, की बेसिक प्रिंसीपल्स ने, ये असी गलबात करांगे। तो सब तो पहला शुरुआत करते हुए इस लैसन की मैं हरमीत को ये रिक्वेस्ट करांगी कि हरमीत सब तो पहला बच्चों को दसो कि भारत दे विच, क्योंकि भारत एक लोकतंत्री देश है, इस विच चोणां दा की महत्व है ते साडी चोण प्रणाली की की खास विशेषता है। सब तो पहला सारे सत श्री अकाल जी। जिवें कि आपां जाणदे आ पुराने समय च प्रतख लोकतंत्र हुंदा सी, अजकल अप्रतख लोकतंत्र दा युग आ। सो अप्रतख लोकतंत्र च बेटा लोग अपनी शक्ति का प्रयोग जिहड़े आ उह अपने प्रतिनिधि जिहड़े चुने हुए प्रतिनिधां द्वारा करदे आ। सो भारत विच भी लोकतंत्र आ, सो भारत विच भी चोणां दा बहुत ज़्यादा विशेष महत्व है क्योंकि भारत जिहड़ा संसार दा सब तो वड्डा लोकतंत्र है। बिल्कुल ठीक है जी। तो जिहड़ियां चोणां वा ਉਹ ਜਿਹੜੀਆਂ ਚੋਣਾਂ ਲੀਡਰਸ਼ਿਪ ਵਿੱਚ ਪਰਿਵਰਤਨ, ਆਪਾਂ ਸਾਡੀ ਜਿਹੜੀ ਸਰਕਾਰ ਹੈ ਜੇ ਸਾਡੇ ਅਕੋਰਡਿੰਗਲੀ ਨਹੀਂ ਕੰਮ ਕਰਦੀ, ਲੀਡਰਸ਼ਿਪ ਸਾਡੀ ਜਿਹੜੀ ਉਹ ਫੇਲ ਹੋ ਜਾਂਦੀ ਆ, ਚੋਣਾਂ ਉਹ ਪਰਿਵਰਤਨ ਦਾ ਸਾਧਨ ਮੰਨੀਆਂ ਗਈਆਂ ਵਾ ਲੋਕਤੰਤਰ ਦੇ ਵਿੱਚ। ਅਤੇ ਇਸ ਤੋਂ ਇਲਾਵਾ ਸਰਕਾਰ ਦੀਆਂ ਨੀਤੀਆਂ ਵਿਰੋਧੀ ਧਿਰ ਰਾਹੀਂ ਸਰਕਾਰ ਦੀਆਂ ਨੀਤੀਆਂ 'ਤੇ ਵੀ ਕੰਟਰੋਲ ਜਿਹੜਾ ਉਹ ਇਲੈਕਸ਼ਨ ਦੇ ਦੌਰਾਨ ਹੀ ਕੀਤਾ ਜਾਂਦਾ। ਹਾਂਜੀ ਬੱਚੇ, ਮੈਂ ਸਰ ਦੀ ਗੱਲ ਨੂੰ ਐਡ ਕਰਦੇ ਹੋਏ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਨਾਲ ਨਾਲ ਨੰਬਰਾਂ ਦੀ ਗੱਲ ਜ਼ਰੂਰ ਕਰਾਂਗੇ ਹਰਮੀਤ, ਕਿਉਂਕਿ ਬੱਚਿਆਂ ਦਾ ਉਹਨੂੰ ਫੋਕਸ ਆਪਣੇ ਪੇਪਰ ਦੇਣਾ ਵੀ ਹੈ। ਸੋ ਬੱਚੇ ਸਭ ਤੋਂ ਪਹਿਲਾਂ ਕਿ ਚੋਣਾਂ ਕਿਉਂ ਇੰਪੋਰਟੈਂਟ ਨੇ, ਚੋਣਾਂ ਦਾ ਲੋਕਤੰਤਰ ਵਿੱਚ ਕੀ ਮਹੱਤਵ ਹੈ। ਸੋ ਸਰ ਨੇ ਤੁਹਾਨੂੰ ਬੜੀ ਅੱਛੀ ਤਰ੍ਹਾਂ ਦੱਸਿਆ ਕਿ ਚੋਣਾਂ ਉਹ ਸ਼ਕਤੀ ਹੈ ਜਿਹਦੇ ਰਾਹੀਂ ਲੋਕਤੰਤਰ ਦੇ ਵਿੱਚ ਲੋਕਾਂ ਦੇ ਹੱਥ ਵਿੱਚ ਇੱਕ ਅਜਿਹੀ ਪਾਰ ਹੁੰਦੀ ਹੈ ਕਿ ਲੋਕ ਆਪਣੀ ਸਰਕਾਰ ਚੇਂਜ ਕਰ ਸਕਦੇ ਹਨ, ਕਿਸ ਨੂੰ ਚਾਹੁੰਦੇ ਹਨ ਉਸਨੂੰ ਵੋਟ ਪਾ ਕੇ ਜਿਤਾ ਸਕਦੇ ਹਨ, ਜਿਸ ਨੂੰ ਨਹੀਂ ਚਾਹੁੰਦੇ ਉਸਨੂੰ ਵੋਟਾਂ ਉਹਦੇ ਅਗੇਂਸਟ ਪਾ ਕੇ ਜਾਂ ਵੋਟ ਨਾ ਪਾ ਕੇ ਹਰਾ ਸਕਦੇ ਹਨ, ਲੀਡਰਸ਼ਿਪ ਦੇ ਵਿੱਚ ਪਰਿਵਰਤਨ ਕਰ ਸਕਦੇ ਹਨ। ਜਿਵੇਂ ਕਿ ਤੁਸੀਂ ਹੁਣੇ ਰੀਸੈਂਟਲੀ ਦੇਖਿਆ ਹੈ ਪੰਜਾਬ 'ਚ ਇਲੈਕਸ਼ਨਸ ਹੋਈਆਂ ਤਾਂ 10 ਸਾਲਾਂ ਤੋਂ ਚੱਲੀ ਆ ਰਹੀ ਅਕਾਲੀ ਸਰਕਾਰ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਇਸ ਵਾਰੀ ਪਰਿਵਰਤਨ ਕਰਕੇ ਕਾਂਗਰਸ ਸਰਕਾਰ ਨੂੰ ਮੌਕਾ ਦਿੱਤਾ ਹੈ। ਇਸ ਤਰੀਕੇ ਦੇ ਨਾਲ ਸਰਕਾਰ ਦੀਆਂ ਕਮੀਆਂ, ਸਰਕਾਰ ਨੂੰ ਇਹ ਦੇਖਣਾ ਕਿ ਅਸੀਂ ਕਿਸ ਹੱਦ ਤੱਕ ਸਫਲ ਹਾਂ ਜਾਂ ਅਸਫਲ ਹਾਂ। ਸਰਕਾਰ ਜੇ ਦੇਖਣਾ ਚਾਹੁੰਦੀ ਹੈ 5 ਸਾਲ ਬਾਅਦ ਕਿ ਕੀ ਅਸੀਂ 5 ਸਾਲਾਂ ਵਿੱਚ ਸਫਲ ਰਹੇ ਹਾਂ ਕੀ ਅਸੀਂ ਅਸਫਲ ਰਹੇ ਹਾਂ, ਤਾਂ ਇਹ ਵੀ ਕਿੱਥੋਂ ਪਤਾ ਲੱਗਦਾ ਹੈ? ਇਹ ਵੀ ਸਾਨੂੰ ਚੋਣਾਂ ਤੋਂ ਹੀ ਪਤਾ ਲੱਗਦਾ ਹੈ। ਜੇ ਲੋਕ ਵੋਟਾਂ ਪਾ ਦਿੰਦੇ ਨੇ ਤਾਂ ਸਰਕਾਰ ਸਫਲ ਰਹੀ ਹੈ, ਜੇ ਲੋਕ ਉਹਨਾਂ ਦੇ ਅਗੇਂਸਟ ਹੋ ਜਾਂਦੇ ਨੇ ਤਾਂ ਇਟ ਮੀਨਸ ਸਰਕਾਰ ਉਸ ਹੱਦ ਤੱਕ ਸਫਲ ਨਹੀਂ ਰਹੀ। ਇਸ ਤੋਂ ਇਲਾਵਾ ਹੋਰ ਅਰਮੀ ਜੀ, ਇਸ ਤੋਂ ਇਲਾਵਾ ਜੀ ਸਰਕਾਰ ਦੇ ਜਿਹੜੇ ਪ੍ਰਤੀਨਿਧ ਹੁੰਦੇ ਆ ਲੋਕਾਂ ਦੇ ਪ੍ਰਤੀਨਿਧ, ਜੇ ਆਪਾਂ ਜਿਵੇਂ ਸਲਾਈਡ 'ਤੇ ਵੀ ਦੇਖ ਰਹੇ ਹਾਂ, ਲੋਕ ਆਪਣੇ ਮਨਪ੍ਰਸਤ ਪ੍ਰਤੀਨਿਧ ਜਿਹੜੇ ਲੋਕਾਂ ਦੀ ਪਹੁੰਚ ਦੇ ਵਿੱਚ ਹੋਣ ਉਹਨਾਂ ਨੂੰ ਹੀ ਚੋਣ ਕਰਦੇ ਆ। ਇਸ ਤੋਂ ਇਲਾਵਾ ਚੋਣਾਂ ਰਾਹੀਂ ਸ਼ਾਸਨ ਦੀ ਉਚਿਤਤਾ
ਇਹ ਬੜੀ ਟਰਮ ਆ ਸਾਡੀ ਰਾਜਨੀਤੀ ਸ਼ਾਸਤਰ ਨਾਲ ਰਿਲੇਟਡ। ਉਚਿਤਤਾ, ਉਚਿਤਤਾ ਉਹ ਸ਼ਕਤੀ ਆ ਜਿਹੜੀ ਲੋਕ ਹੀ ਪ੍ਰਧਾਨ ਸ਼ਾਸਨ ਨੂੰ ਕਰਦੇ ਆ। ਜੇ ਲੋਕਾਂ ਦੀ ਮਰਜ਼ੀ ਦੇ ਅਨੁਸਾਰ ਸ਼ਾਸਨ ਚੱਲਦਾ ਤਾਂ ਉਹ ਉਚਿਤ ਹੋ ਜਾਂਦਾ ਵਾ। ਉਹ ਆਪਾਂ ਕਹਿੰਦੇ ਹਾਂ ਵੀ ਸਾਡੇ ਰਾਜਨੀਤਿਕ ਪ੍ਰਤੀਨਿਧ ਜਿਹੜੇ ਆ ਉਹਦੇ ਲੋਕਾਂ ਦੇ ਰਾਹੀਂ ਲੋਕਾਂ ਦੀ ਗੱਲ ਜਿਹੜੀ ਆ ਲੋਕਾਂ ਦੀ ਆਵਾਜ਼ ਸੰਸਦ ਦੇ ਵਿੱਚ ਪਹੁੰਚਾ ਕੇ ਉਹਨਾਂ ਦੀਆਂ ਉਹਨਾਂ ਦੇ ਅਕੋਰਡਿੰਗਲੀ ਨੀਤੀਆਂ ਬਣਾ ਕੇ ਸ਼ਾਸਨ ਨੂੰ ਉਚਿਤਤਾ ਪ੍ਰਦਾਨ ਕਰਦੇ ਆ। ਸੋ ਬੱਚੇ ਵੈਰੀ ਇੰਪੋਰਟੈਂਟ ਹੋ ਗਿਆ ਕਿ ਲੋਕਤੰਤਰ ਦੇ ਵਿੱਚ ਚੋਣਾਂ ਦਾ ਬਹੁਤ ਮਹਾਨਤਾ ਹੈ, ਬਹੁਤ ਮਹੱਤਤਾ ਹੈ। ਲੋਕਤੰਤਰ ਸਿਰਫ ਚੱਲ ਹੀ ਕਿਹਦੇ ਨਾਲ ਸਕਦਾ ਹੈ, ਚੋਣਾਂ ਦੇ ਨਾਲ ਹੀ ਚੱਲ ਸਕਦਾ ਹੈ। ਅੱਗੇ ਅਸੀਂ ਗੱਲ ਕਰਾਂਗੇ ਚੋਣ ਪ੍ਰਣਾਲੀ ਦੇ ਆਪਣੇ ਲੈਸਨ ਦੇ ਵਿੱਚ ਭਾਰਤੀ ਚੋਣ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਦੱਸਣਾ ਚਾਹਾਂਗੀ। ਬੱਚੇ ਤੁਹਾਨੂੰ ਇਹ ਕੁਐਸਚਨ ਦੋ ਅੰਕਾਂ 'ਚ ਵੀ ਆ ਸਕਦਾ ਹੈ, ਚਾਰ 'ਚ ਵੀ ਆ ਸਕਦਾ ਹੈ ਅਤੇ 6 'ਚ ਵੀ ਆ ਸਕਦਾ, ਬਟ ਇਟ ਇਜ਼ ਵੈਰੀ 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 ਇੰਪੋਰਟੈਂਟ ਕੁਐਸਚਨ। ਹਾਂਜੀ ਬੱਚੇ, ਭਾਰਤੀ ਚੋਣ ਪ੍ਰਣਾਲੀ ਦੀ ਵਿਸ਼ੇਸ਼ਤਾਵਾਂ ਦੇ ਵਿੱਚ ਪਹਿਲਾ ਪੁਆਇੰਟ ਹੈ ਸੰਵਿਧਾਨਕ ਆਧਾਰ। ਹਾਂਜੀ ਸਰ, ਸੰਵਿਧਾਨਕ ਆਧਾਰ ਦੀ ਜਿਹਦੇ ਬਾਕੀ ਦੇਸ਼ਾਂ ਜਿਹੜੀਆਂ ਚੋਣ ਪ੍ਰਣਾਲੀਆਂ ਵਾ ਆਪਾਂ ਦੇਖਦੇ ਹਾਂ ਉਹ ਸੰਸਦ ਦੇ ਕਾਨੂੰਨ ਰਾਹੀਂ ਜਾਂ ਪਾਰਲੀਮੈਂਟ ਦੇ ਕਾਨੂੰਨ ਰਾਹੀਂ ਹੀ ਕਰਵਾਈਆਂ ਜਾਂਦੀਆਂ, ਪਰ ਭਾਰਤ ਦੀ ਜਿਹੜੀ ਲੋਕ ਜਿਹੜੇ ਸੰਵਿਧਾਨ ਨਿਰਮਾਤਾ ਸੀ ਉਹਨਾਂ ਨੇ ਮਹਿਸੂਸ ਕੀਤਾ ਵੀ ਇਹ ਜਿਹੜਾ ਚੋਣਾਂ ਦਾ ਜਿਹੜਾ ਟੋਪਿਕ ਆ ਇਹ ਸੰਵਿਧਾਨਕ ਇਹਨੂੰ ਮਾਨਤਾ ਦਿੱਤੀ ਜਾਵੇ। ਸੋ ਇਹਨਾਂ ਨੇ ਸਾਡੇ ਸੰਵਿਧਾਨ ਦੇ 15ਵੇਂ ਅਧਿਆਏ ਵਿੱਚ ਧਾਰਾ 324 ਤੋਂ 329 ਤੱਕ ਜਿਹੜੀਆਂ ਚੋਣ ਪ੍ਰਣਾਲੀ ਦੀਆਂ ਜਿਹੜੀਆਂ ਸਾਰਾ ਉਹਦਾ ਵਰਣਨ ਕੀਤਾ ਗਿਆ। ਸੋ ਦੂਸਰੇ ਨੰਬਰ 'ਤੇ ਸਰਵਜਨਕ ਬਾਲਗ ਮਤ ਅਧਿਕਾਰ। ਆਪਾਂ ਦੇਖਦੇ ਹਾਂ ਕਿ ਸਭ ਤੋਂ ਸਾਨੂੰ ਪਹਿਲਾਂ ਜਿਹੜਾ ਸੀਗਾ 1988 ਤੋਂ ਪਹਿਲਾਂ ਜਿਹੜੀ ਉਮਰ ਸੀਗੀ ਉਹ 21 ਸਾਲ ਸੀਗੀ, ਅਤੇ ਇਸ ਤੋਂ ਇਲਾਵਾ ਹੁਣ 1988 ਵਿੱਚ 61ਵੀਂ ਸੋਧ ਰਾਹੀਂ ਜਿਹੜੀ ਆ ਸਰਵਜਨਕ ਬਾਲਗ ਮਤ ਅਧਿਕਾਰ ਸਾਰਿਆਂ ਨੂੰ, ਜਿਹੜੇ ਬਾਲਗ ਜਿਹਨਾਂ ਦੀ ਉਮਰ 18 ਸਾਲ ਦੀ ਹੋ ਗਈ ਆ ਉਹਨਾਂ ਨੂੰ ਵੋਟ ਦਾ ਅਧਿਕਾਰ ਭਾਰਤ ਵਿੱਚ ਦਿੱਤਾ ਗਿਆ। ਤੀਸਰੇ ਜਿਵੇਂ ਬੇਟਾ ਹਰਮੀਤ, ਇੱਕ ਮਿੰਟ ਇੱਥੇ ਮੈਂ ਬੱਚਿਆਂ ਨੂੰ ਜ਼ਰੂਰ ਦੱਸਣਾ ਚਾਹਾਂਗੀ। ਬੇਟੇ ਤੁਹਾਡੇ 1 ਨੰਬਰ ਦੇ 2 ਇੰਪੋਰਟੈਂਟ ਕੁਐਸਚਨਸ ਆ ਗਏ ਨੇ। ਪਹਿਲਾ ਕੁਐਸਚਨ, ਭਾਰਤੀ ਚੋਣ ਪ੍ਰਣਾਲੀ ਸੰਬੰਧੀ ਵਿਵਸਥਾਵਾਂ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਹਨ? ਸੋ ਤੁਸੀਂ ਯਾਦ ਰੱਖਣਾ ਹੈ ਅਨੁਛੇਦ 324 ਤੋਂ 329 ਤੱਕ। ਅਧਿਆਪਕ ਸਾਹਿਬਾਨ ਬੱਚਿਆਂ ਨੂੰ ਸਪੈਸ਼ਲ ਨੋਟ ਕਰਾਂ। ਦੂਸਰਾ 1 ਨੰਬਰ ਦਾ ਕੁਐਸਚਨ ਜਿਹੜਾ ਕਿ ਅਸੀਂ ਪੇਪਰ 'ਚ ਪਾਉਂਦੇ ਹਾਂ ਉਹ ਕੀ ਹੈ ਕਿ ਜੋ ਕਿਸ ਸੋਧ ਰਾਹੀਂ ਜਾਂ ਕਿਹੜੇ ਕਦੋਂ 18 ਸਾਲ ਉਮਰ ਨਿਸ਼ਚਿਤ ਕੀਤੀ ਗਈ? ਪਹਿਲਾਂ 21 ਸੀ, 21 ਤੋਂ 18 ਸਾਲ ਉਮਰ ਕਿਸ ਸੋਧ ਰਾਹੀਂ ਕਦੋਂ ਨਿਸ਼ਚਿਤ ਕੀਤੀ ਗਈ? ਤਾਂ ਉਹਦਾ ਜਵਾਬ ਹੈ ਬੇਟੇ 1988 ਦੇ ਵਿੱਚ 61ਵੀਂ ਸੋਧ ਰਾਹੀਂ ਜੋ ਵੋਟ ਪਾਉਣ ਦੀ ਉਮਰ ਹੈ 21 ਸਾਲ ਤੋਂ ਘਟਾ ਕੇ 18 ਸਾਲ ਕੀਤੀ ਗਈ। ਸੋ ਅਗਲਾ ਪੁਆਇੰਟ ਹੈਗਾ ਸੰਯੁਕਤ ਚੋਣ ਪ੍ਰਣਾਲੀ। ਸੰਯੁਕਤ ਚੋਣ ਪ੍ਰਣਾਲੀ ਜੀ, ਧਾਰਾ 325 'ਚ ਆਪਾਂ ਦੇਖਦੇ ਹਾਂ ਕਿ ਸਾਰਿਆਂ ਨੂੰ ਬਿਨਾਂ ਕਿਸੇ ਜਾਤ ਰੰਗ ਨਸਲ ਭੇਦ ਦੇ ਸਾਰਿਆਂ ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ, ਅਤੇ ਇੱਕ ਹੀ ਵੋਟਰ ਸੂਚੀ। ਜਿਵੇਂ ਆਪਾਂ ਜਾਣਦੇ ਹਾਂ ਕਿ ਅੰਗਰੇਜ਼ਾਂ ਨੇ ਕੀ ਕੀਤਾ ਸੀਗਾ, ਕਮਿਊਨਲ ਉਹਨਾਂ ਨੇ ਚੋਣ ਪ੍ਰਣਾਲੀ ਲਾਗੂ ਕੀਤੀ ਸੀ। ਅਸੀਂ ਹਰਮੀਤ ਇਹਨਾਂ ਨੂੰ ਦੱਸਿਆ ਵੀ ਹੈ ਪਿਛਲੇ ਲੈਕਚਰ ਦੇ ਵਿੱਚ, ਸੰਪਰਦਾਇਕ ਚੋਣ ਪ੍ਰਣਾਲੀ ਲਾਗੂ ਕੀਤੀ ਸੀ ਵੀ ਉਹਨਾਂ ਨੇ, ਪਰ ਜਿਹੜੇ ਸਾਡੇ ਸੰਵਿਧਾਨ ਦੇ ਨਿਰਮਾਤਾ ਸੀ ਉਹਨਾਂ ਨੇ ਇਹ ਡਰਾਬੈਕ ਨੂੰ ਸੋਲਵ ਕਰਨ ਦੇ ਲਈ ਇਹ ਇੱਕ ਹੀ, ਭਾਵੇਂ ਕਿਸੇ ਵੀ ਕੋਈ ਜਾਤ ਕਿਸੇ ਧਰਮ ਦਾ ਹੋਵੇ, ਇੱਕ ਹੀ ਵੋਟਰ ਸੂਚੀ ਜਿਹੜੀ ਆ ਉਹਦੇ ਲਈ ਅਪਣਾਈ ਗਈ ਹੈ। ਬਿਲਕੁਲ। ਇਸ ਤੋਂ ਅਗਲੀ ਗੱਲ ਹੈ ਬੱਚੇ ਤੁਹਾਡੀ, ਸਾਡੀ ਚੋਣ ਪ੍ਰਣਾਲੀ ਦੀ ਅਗਲੀ ਵਿਸ਼ੇਸ਼ਤਾ ਸੀਟਾਂ ਰਾਖਵੀਆਂ ਰੱਖਣ ਦੀ ਵਿਵਸਥਾ। ਇਹ ਬੱਚੇ ਬਹੁਤ ਇੰਪੋਰਟੈਂਟ ਹੈ, ਮੈਂ ਆਪਣੀ ਕਲਾਸ ਵਿੱਚ ਵੀ ਬੱਚਿਆਂ ਨੂੰ ਵਾਰ ਵਾਰ ਇਹ ਦੱਸਿਆ ਸੀ। ਬੱਚੇ ਯਾਦ ਰੱਖਣਾ ਤੁਸੀਂ ਕਿ ਧਾਰਾ 330 ਦੇ ਅਨੁਸਾਰ ਲੋਕ ਸਭਾ ਦੇ ਵਿੱਚ, ਧਾਰਾ 332 ਦੇ ਅਨੁਸਾਰ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ, 73ਵੀਂ ਸੰਵਿਧਾਨਕ ਸੋਧ ਰਾਹੀਂ ਪੰਚਾਇਤਾਂ ਬਲਾਕ ਸੰਮਤੀਆਂ ਜ਼ਿਲ੍ਹਾ ਪਰਿਸ਼ਦਾਂ ਦੇ ਵਿੱਚ, ਅਤੇ 74ਵੀਂ ਸੰਵਿਧਾਨਕ ਸੋਧ ਦੇ ਰਾਹੀਂ ਨਗਰ ਪਾਲਿਕਾਵਾਂ ਨਗਰ ਨਿਗਮ ਨਗਰ ਪੰਚਾਇਤਾਂ ਦੇ ਵਿੱਚ, ਭਾਵ ਕਿ ਹਰ ਇੱਕ ਉਹ ਸੰਸਥਾ ਭਾਰਤ ਦੀ ਜਿਸ ਦੀ ਚੋਣ ਪ੍ਰਤੱਖ ਤੌਰ ਦੇ ਉੱਤੇ ਲੋਕਾਂ ਰਾਹੀਂ ਕੀਤੀ ਜਾਂਦੀ ਹੈ। ਯਾਦ ਰੱਖਣਾ ਉਹਦੇ ਵਿੱਚ SC ST OBC ਅਤੇ ਇਸਤਰੀਆਂ ਦੇ ਲਈ, ਅਤੇ ਇਸਤਰੀਆਂ ਨੋਟ ਕਰ ਲਓ, ਇਸਤਰੀਆਂ ਦੇ ਲਈ ਸਥਾਨ ਰਾਖਵੇਂ ਰੱਖਣ ਦੀ ਵਿਵਸਥਾ ਕੀਤੀ ਗਈ ਹੈ। ਸੋ ਤੁਸੀਂ ਜੇ ਧਾਰਾ ਨਹੀਂ ਵੀ ਲਿਖੋਗੇ ਤਾਂ ਸਿਰਫ ਇਹ ਦੱਸਣਾ ਕਿ ਹਰੇਕ ਪ੍ਰਤੱਖ ਚੋਣਾਂ ਦੇ ਵਿੱਚ SC ST OBC ਅਤੇ ਇਸਤਰੀਆਂ ਲਈ ਸਥਾਨ ਰਾਖਵੇਂ ਰੱਖਣ ਦੀ ਵਿਵਸਥਾ ਕੀਤੀ ਗਈ ਹੈ। ਅੱਗੇ ਆ ਗਿਆ ਜੀ ਪ੍ਰਤੱਖ ਅਤੇ ਅਪ੍ਰਤੱਖ ਚੋਣਾਂ। ਦੋ ਤਰ੍ਹਾਂ ਦੀਆਂ ਚੋਣਾਂ ਸਾਡੇ ਦੇਸ਼ ਵਿੱਚ ਹੁੰਦੀਆਂ। ਪ੍ਰਤੱਖ ਚੋਣਾਂ ਜਿਹ 'ਚ ਸਿੱਧੇ ਵੋਟਰ ਜਿਹੜੇ ਆ ਵੋਟਾਂ ਪਾ ਕੇ ਆਉਂਦੇ ਆ, ਜਿਵੇਂ ਲੋਕ ਸਭਾ ਰਾਜ ਵਿਧਾਨ ਸਭਾ ਦੀਆਂ ਪੰਚਾਇਤਾਂ ਦੀਆਂ ਮਿਊਂਸੀਪਲ ਕਾਰਪੋਰੇਸ਼ਨ ਦੀਆਂ ਜਿਹੜੀਆਂ ਇਲੈਕਸ਼ਨ ਆ ਉਹ ਪ੍ਰਤੱਖ ਹੁੰਦੀਆਂ ਵਾ। ਅਪ੍ਰਤੱਖ ਚੋਣਾਂ ਰਾਸ਼ਟਰਪਤੀ ਦੀ, ਉਪ ਰਾਸ਼ਟਰਪਤੀ ਦੀ, ਰਾਜ ਵਿਧਾਨ ਪ੍ਰੀਸ਼ਦ
ਅਤੇ ਰਾਜ ਸਭਾ ਦੇ ਰਾਜ ਸਭਾ ਦੇ ਇਹ ਜਿਹੜੀਆਂ ਅਪ੍ਰਤੱਖ ਚੋਣਾਂ ਦੀ ਵਿਵਸਥਾ ਕੀਤੀ ਗਈ ਹੈ। ਇਹ ਵੀ ਇੱਕ ਨੰਬਰ ਦਾ ਕੁਐਸਚਨ ਹੈ ਬੇਟੇ, ਅਸੀਂ ਬਹੁਤ ਪਾਉਂਦੇ ਹਾਂ ਕਿ ਦੋ ਪ੍ਰਤੱਖ ਚੋਣਾਂ ਦੇ ਨਾਮ ਅਤੇ ਦੋ ਅਪ੍ਰਤੱਖ ਚੋਣਾਂ ਦੇ ਨਾਮ, ਇਹ ਵੀ ਤੁਸੀਂ ਕਰ ਲੈਣੇ ਹੈ। ਅਗਲਾ ਪੁਆਇੰਟ ਹੈਗਾ ਗੁਪਤ ਮਤਦਾਨ ਕਿ ਭਾਰਤੀ ਚੋਣ ਪ੍ਰਣਾਲੀ ਦੀ ਅਗਲੀ ਵਿਸ਼ੇਸ਼ਤਾ ਇਹ ਹੈ ਕਿ ਭਾਰਤ ਵਿੱਚ ਜਿੰਨਾ ਵੀ ਮਤਦਾਨ ਹੁੰਦਾ ਹੈ ਉਹ ਗੁਪਤ ਹੁੰਦਾ ਹੈ। ਗੁਪਤ ਦਾ ਮਤਲਬ ਕਿ ਸਿਰਫ ਵੋਟਰ ਨੂੰ ਪਤਾ ਹੁੰਦਾ ਹੈ ਕਿ ਮੈਂ ਕਿਸ ਨੂੰ ਵੋਟ ਪਾਈ ਹੈ, ਬਾਕੀ ਇਸ ਤੋਂ ਇਲਾਵਾ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਵੋਟਰ ਨੇ ਕਿਸ ਨੂੰ ਵੋਟ ਪਾਈ ਹੈ। ਭਾਵ ਇਹ ਗੁਪਤ ਇਸ ਲਈ ਰੱਖਿਆ ਜਾਂਦਾ ਹੈ ਤਾਂ ਜੋ ਜਿੱਤਣ ਜਾਂ ਹਾਰਨ ਤੋਂ ਬਾਅਦ ਜੋ ਸਾਡੇ ਪ੍ਰਤੀਨਿਧੀ ਨੇ ਉਹਨਾਂ ਨੂੰ ਇਹ ਨਾ ਪਤਾ ਲੱਗੇ ਕਿ ਕਿਹਨਾਂ ਨੇ ਸਾਨੂੰ ਵੋਟ ਪਾਈ ਹੈ, ਕਿਹਨਾਂ ਨੇ ਸਾਨੂੰ ਨਹੀਂ ਪਾਈ। ਸੋ ਸਾਰਾ ਮਤਦਾਨ ਗੁਪਤ ਕਰਵਾਇਆ ਜਾਂਦਾ ਹੈ। ਅਗਲਾ ਪੁਆਇੰਟ ਹਰਮੀਤ ਜੀ ਇਹਨਾਂ ਨਾਲ ਡਿਸਕਸ ਕਰੋ। ਹਾਂਜੀ, ਨਤੀਜਾ ਬਹੁਮਤ ਦੇ ਆਧਾਰ 'ਤੇ ਜੀ ਭਾਰਤੀ ਚੋਣ ਪ੍ਰਣਾਲੀ ਦੀ ਇਹ ਵਿਵਸਥਾ ਵਾ ਕਿ ਜਿਹੜੀਆਂ ਕੁੱਲ ਟੋਟਲ ਪੋਲ ਹੋਈਆਂ ਵੋਟਾਂ ਦਾ ਜਿਹੜਾ ਵੀ ਉਮੀਦਵਾਰ ਬਹੁਮਤ ਪ੍ਰਾਪਤ ਕਰਦਾ, ਚਾਹੇ ਉਹ ਇੱਕ ਵੋਟ ਹੀ ਵੱਧ ਪ੍ਰਾਪਤ ਕਰ ਲੈਂਦਾ, ਉਹਨੂੰ ਉਮੀਦਵਾਰ ਨੂੰ ਜੇਤੂ ਐਲਾਨਿਆ ਜਾਂਦਾ, ਜੇਤੂ ਘੋਸ਼ਿਤ ਕੀਤਾ ਜਾਂਦਾ। ਬਿਲਕੁਲ, ਸਧਾਰਨ ਬਹੁਮਤ ਦੇ ਆਧਾਰ ਦੇ ਉੱਤੇ। ਸਧਾਰਨ ਬਹੁਮਤ ਦਾ ਮਤਲਬ ਹੈ ਜਿਹੜਾ ਸਭ ਤੋਂ ਵੱਧ ਵੋਟਾਂ ਲੈ ਗਿਆ ਉਹ ਜੇਤੂ ਹੋ ਜਾਏਗਾ। ਅੱਗੇ ਨਾਮਜ਼ਦਗੀ ਦੀ ਵਿਵਸਥਾ। ਹਾਂਜੀ ਸਰ, ਇਹ ਨਾਮਜ਼ਦਗੀਆਂ ਦੀ ਜਿਵੇਂ ਆਪਾਂ ਦੇਖਦੇ ਹਾਂ ਰਾਜ ਸਭਾ ਦੇ ਵਿੱਚ 12 ਮੈਂਬਰਾਂ ਦੀ ਵਿਵਸਥਾ ਵਾ, ਲੋਕ ਸਭਾ ਦੇ ਵਿੱਚ 2 ਐਂਗਲੋ ਇੰਡੀਅਨ ਜਾਤੀ ਦੇ ਮੈਂਬਰਾਂ ਦੀ ਨਾਮਜ਼ਦ ਰਾਸ਼ਟਰਪਤੀ ਨਾਮਜ਼ਦ ਕਰਦਾ ਵਾ। ਹਾਂਜੀ ਬੱਚੇ, ਨਾਮਜ਼ਦਗੀ ਦੇ ਰਾਹੀਂ ਕਾਫੀ ਹੱਦ ਤੱਕ ਜੋ ਘੱਟ ਗਿਣਤੀਆਂ ਰਹਿ ਜਾਂਦੀਆਂ ਹਨ, ਘੱਟ ਗਿਣਤੀਆਂ ਨੂੰ ਪ੍ਰਤੀਨਿਧਤਾ ਦੇਣ ਦਾ ਇੱਕ ਵਧੀਆ ਤਰੀਕਾ ਹੈ। ਇਸ ਤੋਂ ਅੱਗੇ ਹੈਗਾ ਅਨੁਪਾਤਕ ਪ੍ਰਤੀਨਿਧਤਾ ਦੀ ਇਕਹਿਰੀ ਬਦਲਵੀਂ ਚੋਣ ਪ੍ਰਣਾਲੀ, ਇਹ ਵੀ ਤੁਸੀਂ ਪਹਿਲੇ ਲੈਸਨ ਦੇ ਵਿੱਚ ਪਹਿਲੇ ਲੈਕਚਰ 'ਚ ਅਟੈਂਡ ਕੀਤਾ ਸੀ। ਅਨੁਪਾਤਕ ਪ੍ਰਤੀਨਿਧਤਾ ਦਾ ਅਰਥ ਹੈਗਾ ਵਸੋਂ ਦੇ ਅਨੁਪਾਤ ਦੇ ਅਨੁਸਾਰ ਪ੍ਰਤੀਨਿਧਤਾ, ਭਾਵ ਜੇ ਵੱਧ ਵਸੋਂ ਦੇ ਵਿੱਚੋਂ ਵੱਧ ਸੀਟਾਂ ਹਨ ਤਾਂ ਘੱਟ ਵਸੋਂ ਵਾਲਿਆਂ ਨੂੰ ਇਗਨੋਰ ਨਹੀਂ ਕਰਨਾ, ਘੱਟ ਗਿਣਤੀ ਨੂੰ ਇਗਨੋਰ ਨਹੀਂ ਕਰਨਾ, ਉਹਨਾਂ ਨੂੰ ਉਹਨਾਂ ਦੇ ਕੋਟੇ ਦੇ ਅਨੁਸਾਰ ਸਥਾਨ ਦਿੱਤੇ ਜਾਣ। ਸੋ ਭਾਰਤ ਦੇ ਵਿੱਚ ਰਾਸ਼ਟਰਪਤੀ ਜੀ ਦੀ ਚੋਣ, ਉਪ ਰਾਸ਼ਟਰਪਤੀ ਜੀ ਦੀ ਜਿਹੜੀ ਚੋਣ ਹੈ ਬੱਚੇ, ਉਹ ਅਨੁਪਾਤਕ ਪ੍ਰਤੀਨਿਧਤਾ ਇਕਹਿਰੀ ਬਦਲਵੀਂ ਚੋਣ ਪ੍ਰਣਾਲੀ ਦੇ ਆਧਾਰ 'ਤੇ ਕਰਵਾਈ ਜਾਂਦੀ ਹੈ। ਅਪ੍ਰਤੱਖ ਚੋਣਾਂ ਦੇ ਵਿੱਚ ਹਰਮੀਤ ਜੀ ਇਸ ਨੂੰ ਜ਼ਿਆਦਾ ਲਾਗੂ ਕੀਤਾ ਜਾਂਦਾ ਕਿਉਂਕਿ ਔਖੀ ਪ੍ਰਣਾਲੀ ਹੋਣ ਕਰਕੇ ਲੋਕ ਇਹਨੂੰ ਜਲਦੀ ਸਮਝ ਨਹੀਂ ਸਕਦੇ ਅਤੇ ਹਰੇਕ ਵਿਅਕਤੀ ਦੇ ਲਈ ਇਸ ਅਨੁਸਾਰ ਵੋਟ ਪਾਉਣੀ ਇੱਕ ਸੌਖਾ ਕੰਮ ਨਹੀਂ ਹੈ। ਸੋ ਅਪ੍ਰਤੱਖ ਚੋਣਾਂ ਦੇ ਵਿੱਚ ਇਹ ਢੰਗ ਵਰਤਿਆ ਜਾਂਦਾ ਹੈ। ਹਾਂਜੀ ਅੱਗੇ ਜੀ ਦੱਸਾਂ ਜੀ, ਬੇਟਾ ਵਿਦਿਆਰਥੀਓ, ਸਾਰੇ ਉਮੀਦਵਾਰਾਂ ਨੂੰ ਰੱਦ ਕਰਨ ਦਾ ਅਧਿਕਾਰ, ਠੀਕ ਹੈ, ਇਹ ਸਾਡੀ ਸੁਪਰੀਮ ਕੋਰਟ ਨੇ 27 ਸਤੰਬਰ 2013 ਨੂੰ ਇੱਕ ਇਤਿਹਾਸਕ ਫੈਸਲਾ ਭਾਰਤ ਦੇ ਸੰਦਰਭ ਦੇ ਵਿੱਚ ਦਿੱਤਾ ਕਿ ਇਲੈਕਸ਼ਨ ਕਮਿਸ਼ਨ ਨੂੰ ਗਾਈਡਲਾਈਨਸ ਦਿੱਤੀਆਂ ਕਿ ਜੇ ਕੋਈ ਵੋਟਰ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਹੀਂ ਕਰਦਾ ਤਾਂ ਇੱਕ ਜਿਹੜੇ ਵੋਟਰ ਸਲਿੱਪ ਆ ਜਾਂ ਵੋਟਿੰਗ ਮਸ਼ੀਨ ਹੈ ਉਹਦੇ ਉੱਪਰ ਨਨ ਆਫ ਦੀ ਅਬਵ ਨੋਟਾ, ਇਹ ਇੱਕ ਨੰਬਰ ਦਾ ਮੈਡਮ ਕੁਐਸਚਨ ਵੀ ਆ ਸਕਦਾ ਹੈ ਜੀ ਵੀ ਨੋਟਾ ਤੋਂ ਕੀ, ਨੋਟਾ ਦੀ ਫੁੱਲ ਫਾਰਮ ਕੀ ਹੈ, ਨਨ ਆਫ ਦਾ ਅਬਵ, ਅਤੇ ਆਪਾਂ ਜਿਵੇਂ ਸਲਾਈਡ 'ਤੇ ਵੀ ਦੇਖ ਰਹੇ ਹਾਂ ਲਿਖਿਆ ਨਨ ਆਫ ਦੀ ਅਬਵ, ਬੇਟਾ ਤੁਸੀਂ ਆਪਣੀ ਨੋਟਬੁੱਕ 'ਤੇ ਵੀ ਨੋਟ ਕਰ ਸਕਦੇ ਜੇ, ਇਹ ਲਾਸਟ ਦੇ ਬਟਨ ਜਿਹੜੀ ਤੁਹਾਡੀ ਵੋਟਰ ਸਲਿੱਪ ਹੋਏਗੀ ਜਾਂ ਵੋਟਿੰਗ ਮਸ਼ੀਨ ਹੈਗੀ ਲਾਸਟ ਦੇ ਬਟਨ ਹੋਏਗਾ, ਜੇ ਤੁਹਾਨੂੰ ਕੋਈ ਵੀ ਉਮੀਦਵਾਰ ਪਸੰਦ ਨਹੀਂ ਹੈ ਤੁਸੀਂ ਇਹ ਜਿਹੜਾ ਬਟਨ ਹੈ ਪ੍ਰੈਸ ਕਰ ਸਕਦੇ ਜੀ, ਇਸ ਉਮੀਦਵਾਰ ਨੂੰ ਵੋਟ ਪਾ ਸਕਦੇ ਜੀ। ਹਾਂਜੀ ਹਰਮੀਤ, ਇਹਨਾਂ ਨੂੰ ਇੱਥੇ ਹੀ ਦੱਸ ਦਈਏ, ਅਸੀਂ ਤੁਹਾਨੂੰ ਲਾਸਟ ਵਿੱਚ ਵੀ ਦੱਸਾਂਗੇ ਕਿ ਪੰਜਾਬ ਦੇ ਵਿੱਚ ਇਸ ਵਾਰੀ ਬਿਲਕੁਲ ਹਰਮੀਤ ਜੀ ਹੁਣੇ ਮੈਨੂੰ ਦੱਸ ਰਹੇ ਸੀ ਕਿ ਪੰਜਾਬ ਦੇ ਵਿੱਚ ਇਸ ਵਾਰੀ 1 ਲੱਖ ਤੋਂ ਵੱਧ ਲੋਕਾਂ ਨੇ ਨੋਟਾਂ ਦੀ ਵਰਤੋਂ ਕੀਤੀ ਹੈ, ਭਾਵ ਉਹਨਾਂ ਨੂੰ ਉਪਰੋਕਤ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਕੈਂਡੀਡੇਟ ਵਿੱਚੋਂ ਕੋਈ ਵੀ ਕੈਂਡੀਡੇਟ ਜਾਂ ਦਲ ਪਸੰਦ ਨਹੀਂ ਸੀ। ਸੋ ਇਹ ਵੀ ਇੱਕ ਆਪਣੀ ਰਿਜ਼ੈਂਟਮੈਂਟ ਸ਼ੋਅ ਕਰਨ ਦਾ ਇੱਕ ਤਰੀਕਾ ਹੈ ਕਿ ਜੋ ਰਾਜਨੀਤਿਕ ਦਲ ਕੰਮ ਕਰ ਰਹੇ ਨੇ ਸਾਨੂੰ ਉਹਨਾਂ 'ਤੇ ਵਿਸ਼ਵਾਸ ਨਹੀਂ ਹੈ, ਅਸੀਂ ਉਹਨਾਂ 'ਚੋਂ ਕਿਸੇ ਨੂੰ ਵੀ ਪਸੰਦ ਨਹੀਂ ਕਰਦੇ। ਵੋਟ ਕੈਂਸਲ ਨਹੀਂ ਹੁੰਦੀ, ਸਿਰਫ ਇਹ ਦੇਖਿਆ ਜਾਂਦਾ ਕਿ ਕਿੰਨੇ ਆਪਣੀ ਪ੍ਰਣਾਲੀ ਦੇ ਪ੍ਰਤੀ ਮੈਨੂੰ ਲੱਗਦਾ ਵਿਸ਼ਵਾਸ ਦੇਖਣਾ ਹੋਵੇ ਤਾਂ ਇਹ ਨੋਟਾਂ ਤੋਂ ਸਾਨੂੰ ਕਾਫੀ ਹੱਦ ਤੱਕ ਨਜ਼ਰ ਆ ਸਕਦਾ ਹੈ। ਅਗਲੀ ਚੀਜ਼ ਸਰ, ਅੱਗੇ ਜੀ ਸਾਡੀ ਪ੍ਰਣਾਲੀ ਦੇ ਵਿੱਚ ਚੋਣ ਪ੍ਰਣਾਲੀ ਜੀ ਨਵੀਂ ਇੱਕ ਇਲੈਕਸ਼ਨ ਕਮਿਸ਼ਨ ਨੇ ਇੱਕ ਟਰਮ ਐਡ ਕੀਤੀ ਹੈ, VVPAT ਦੀ ਵਰਤੋਂ ਕਰਤੀ ਹੈ ਜੀ ਸ਼ੁਰੂ। ਪੰਜਾਬ ਦੇ ਵਿੱਚ ਵੀ ਜਿਹੜੀਆਂ ਰੀਸੈਂਟ ਵਿਧਾਨ ਸਭਾ ਦੀਆਂ ਇਲੈਕਸ਼ਨ ਹੋਈਆਂ ਨੇ ਉਹਦੇ ਵਿੱਚ ਵੀ ਹਰ ਜ਼ਿਲ੍ਹੇ ਦੇ ਵਿੱਚ 2 ਵਿਧਾਨ ਸਭਾ ਹਲਕੇ ਸੀਗੇ ਮੈਮ, ਉਹਦੇ ਵਿੱਚ VVPAT ਦੀ ਵਰਤੋਂ ਉਹਨਾਂ ਨੇ ਲਾਗੂ ਕੀਤੀ ਆ। VVPAT ਦੀ ਪੁੱਤ ਫੁੱਲ ਫਾਰਮ ਵੀ ਬੇਟਾ ਆ ਸਕਦੀ ਆ, ਵੋਟਰ ਵੈਰੀਫਾਈਡ ਪੇਪਰ ਆਡਿਟ ਟ੍ਰੇਲ, ਆਪਣੇ ਇਲੈਕਸ਼ਨ ਦੇ ਅਕੋਰਡਿੰਗਲੀ ਇੱਕ ਇਹਨੂੰ ਅਸੀਂ ਆਪਾਂ ਜਿਵੇਂ ਸਲਾਈਡ 'ਤੇ ਦੇਖ ਰਹੇ ਹਾਂ ਇੱਕ ਪ੍ਰਿੰਟਰ ਦੇ ਤੌਰ 'ਤੇ ਜਿਹੜੀ ਵੋਟਿੰਗ ਮਸ਼ੀਨ ਦੇ ਆ ਉਹਦੇ ਨਾਲ ਫਿੱਟ ਕਰ ਦਿੱਤਾ ਜਾਂਦਾ, ਉਹਦੇ ਵਿੱਚ ਜਦੋਂ ਵੋਟਰ ਵੋਟ ਪਾਉਂਦਾ ਅੱਗੇ ਉਹਦੇ ਪ੍ਰਿੰਟ ਇੱਕ ਪਰਚੀ ਪ੍ਰਿੰਟ ਹੋ ਕੇ ਆ ਜਾਂਦੀ, ਬਟ ਇਹ ਨਹੀਂ ਹੁੰਦਾ ਵੀ ਕਿਸ ਨੂੰ ਤੁਸੀਂ ਵੋਟ ਪਾਈ ਹੈ, ਹਾਂ ਤੁਹਾਡੀ ਵੋਟ
ਸਕਸੈਸਫੁਲੀ ਪੈ ਗਈ ਆ। ਉਹ ਵੀ ਮਸ਼ੀਨ ਦੇ ਨੀਚੇ ਇੱਕ ਬੋਕਸ ਬਣਿਆ, ਜਿਵੇਂ ਆਪਾਂ ਦੇਖ ਰਹੇ ਹਾਂ ਇਹ ਸਾਹਮਣੇ ਸਲਾਈਡ 'ਤੇ ਬੇਟਾ ਦੇਖ ਰਹੇ ਹਾਂ, ਇਹ ਬੋਕਸ ਬਣਿਆ, ਇਹ ਜਿਹੜਾ ਇੱਕ ਵੈਰੀਫਾਈਡ ਤੁਹਾਡੀ ਨਿਕਲਦੀ ਹੈ, ਪਰਚੀ ਨਿਕਲਦੀ ਹੈ, ਉਹ ਨੀਚੇ ਬੋਕਸ ਦੇ ਵਿੱਚ ਜਮ੍ਹਾਂ ਹੋ ਜਾਂਦੀ ਹੈ। ਲਾਸਟ ਦੇ ਵਿੱਚ ਤੁਸੀਂ ਜਦੋਂ ਇਲੈਕਸ਼ਨ ਦੀ ਕਾਊਂਟਿੰਗ ਹੁੰਦੀ ਹੈ, ਇਹ ਪਰਚੀਆਂ ਵੀ ਉਹਦੇ ਅਕੋਰਡਿੰਗਲੀ ਮਸ਼ੀਨ ਦੇ ਨਾਲ ਟੈਲੀ ਕੀਤੀਆਂ ਜਾਂਦੀਆਂ, ਵੀ ਉਹ ਮਸ਼ੀਨ ਦੇ ਵਿੱਚ ਵੀ ਉਨੀਆਂ ਵੋਟਾਂ ਨੇ, ਪਲੱਸ ਉਹ ਜਿਹੜੀਆਂ ਥੱਲੇ ਬੋਕਸ ਦੇ ਵਿੱਚ ਜਿਹੜੀਆਂ ਸਲਿਪਸ ਨੇ ਉਹ ਵੀ ਉਨੀਆਂ ਹੀ ਪਈਆਂ ਨੇ। ਇਹ ਦੋਨਾਂ ਦੀ ਆਪਸ ਵਿੱਚ ਮੇਲ ਕੀਤਾ ਜਾਂਦਾ। ਇੱਥੇ ਬੱਚੇ ਮੈਂ ਤੁਹਾਨੂੰ ਦੋ ਗੱਲਾਂ ਜ਼ਰੂਰ ਦੱਸਣਾ ਚਾਹਾਂਗੀ ਕਿ ਪਹਿਲੀ ਗੱਲ ਤਾਂ ਇਹ ਵੀ ਪੈਟ ਦੀ ਜੋ ਵਰਤੋਂ ਹੈ ਇਹ ਪੁਆਇੰਟ ਤੁਹਾਡੀ ਬੁੱਕਸ ਵਿੱਚ ਨਹੀਂ ਹੋਏਗਾ। ਹੋ ਸਕਦਾ ਹੈ ਕੁਛ ਇੱਕ ਅਧਿਆਪਕ ਸਾਹਿਬਾਨ ਨੇ ਵੀ ਬੱਚਿਆਂ ਨੂੰ ਨਾ ਦੱਸਿਆ ਹੋਵੇ, ਪਰ ਇਹ ਤੁਹਾਡੀ ਜਨਰਲ ਨੌਲੇਜ ਦਾ ਕੁਐਸਚਨ ਹੈ। ਦੂਸਰੀ ਗੱਲ ਕਿ ਇਹਦੀ ਵਰਤੋਂ ਹਜੇ ਇਸ ਵਾਰੀ ਸਾਰੀ ਜਗ੍ਹਾ ਦੇ ਉੱਤੇ ਨਹੀਂ ਹੋਈ, ਕੁਛ ਇੱਕ ਜਗ੍ਹਾ 'ਤੇ ਹੋਈ ਹੈ, ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਦੇ ਵਿੱਚ ਪਾਰਦਰਸ਼ਤਾ ਨੂੰ ਲਿਆਉਣ ਲਈ, ਸਹੀ ਚੋਣ ਕਰਾਉਣ ਦੇ ਲਈ ਇਸ ਦੀ ਵਰਤੋਂ ਕੀਤੀ ਜਾਏ। ਸੋ ਬੱਚੇ ਤੁਹਾਡੀ ਜਨਰਲ ਨੌਲੇਜ ਦਾ ਕੁਐਸਚਨ ਹੈ, ਪੇਪਰ 'ਚ ਭਾਵੇਂ ਅਸੀਂ ਪਾਈਏ ਜਾਂ ਨਹੀਂ ਪਾਈਏ, ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ। ਅੱਗੇ ਅਸੀਂ ਗੱਲ ਕਰਾਂਗੇ ਹਰਮੀਤ ਜੀ, ਜੇ ਚੋਣ ਪ੍ਰਣਾਲੀ ਤੋਂ ਬਾਅਦ ਭਾਰਤੀ ਨਿਰਵਾਚਨ ਆਯੋਗ ਜਾਂ ਜਿਹਨੂੰ ਕਹਿੰਦੇ ਆ ਭਾਰਤੀ ਚੋਣ ਆਯੋਗ, ਹਾਲੇ ਚੋਣ ਆਯੋਗ ਜੋ ਹੈ ਜਿਸ ਦਾ ਕੰਮ ਭਾਰਤ ਵਿੱਚ ਸਾਰੀਆਂ ਚੋਣਾਂ ਕਰਾਉਣੀਆਂ ਹਨ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ, ਇਹ ਅੱਗੇ ਵੀ ਆਏਗਾ ਪੂਰਾ ਕੰਪਲੀਟ ਕੁਐਸਚਨ। ਇਸ ਦਾ ਜੋ ਸਥਾਪਨਾ ਹੈ ਅਨੁਛੇਦ 324 ਦੇ ਅਧੀਨ ਭਾਰਤ ਵਿੱਚ ਹਰ ਤਰ੍ਹਾਂ ਦੀ ਚੋਣ, ਚਾਹੇ ਉਹ ਪ੍ਰਤੱਖ ਚੋਣ ਹੈ ਚਾਹੇ ਅਪ੍ਰਤੱਖ ਚੋਣ ਹੈ, ਉਹ ਚੋਣਾਂ ਕਰਾਉਣ ਦਾ ਕੰਮ ਕਿਹਦੇ ਕੋਲ ਹੈ? ਭਾਰਤੀ ਚੋਣ ਆਯੋਗ ਨੂੰ ਸੌਂਪਿਆ ਗਿਆ ਹੈ। ਇਸ ਤੋਂ ਇਲਾਵਾ ਜੀ ਰਾਜਨੀਤਿਕ ਦਲਾਂ ਦਾ ਪੰਜੀਕਰਨ ਹੈ, ਭਾਵੇਂ ਉਹ ਸਟੇਟ ਲੈਵਲ ਦੀ ਪਾਰਟੀ ਹੈ ਜਾਂ ਨੈਸ਼ਨਲ ਲੈਵਲ ਦੀ ਪਾਰਟੀ ਹੈ ਜਾਂ ਕੋਈ ਅਜੇ ਪੰਜੀਕ੍ਰਿਤ ਨਹੀਂ ਵੀ ਹੋਈ ਪਾਰਟੀ, ਨਵੀਂ ਉੱਭਰੀ ਪਾਰਟੀ ਹੈ, ਉਹਦਾ ਦਾ ਇਲੈਕਸ਼ਨ ਕਮਿਸ਼ਨ ਦੇ ਕੋਲ ਰਜਿਸਟ੍ਰੇਸ਼ਨ ਉਹਦੀ ਜ਼ਰੂਰੀ ਹੈ। ਸੋ ਅਸੀਂ ਦੇਖਦੇ ਹਾਂ ਕਿ ਇਹ ਚੋਣ ਪ੍ਰਣਾਲੀ ਦੇ ਵਿੱਚ ਜਿਹੜੇ 12-13 ਪੁਆਇੰਟ ਦੱਸੇ ਗਏ ਨੇ ਬੜੇ ਹੀ ਇੰਪੋਰਟੈਂਟ ਪੁਆਇੰਟ ਨੇ, ਦੋ ਦੋ ਨੰਬਰ ਦਾ ਕੁਐਸਚਨ ਵੀ ਮੈਮ ਆ ਸਕਦਾ ਜੀ, ਚਾਰ ਨੰਬਰ ਦਾ ਪ੍ਰਸ਼ਨ ਵੀ ਹੈ, ਇੱਕ ਨੰਬਰ ਦਾ ਵੀ ਆ ਸਕਦਾ ਹੈ, ਕੁਛ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਅੱਗੇ ਸਾਡਾ ਕੁਐਸਚਨ ਦਾ ਜੋ ਸੈਕਿੰਡ ਲੈਸਨ ਦਾ ਪਾਰਟ ਹੈ, ਦੈਟ ਇਜ਼ ਚੋਣ ਆਯੋਗ, ਚੋਣ ਆਯੋਗ ਇਲੈਕਸ਼ਨ ਕਮਿਸ਼ਨ, ਇਹ ਬੱਚੇ ਤੁਹਾਨੂੰ ਵੈਰੀ ਇੰਪੋਰਟੈਂਟ ਹੈ। ਇਲੈਕਸ਼ਨ ਕਮਿਸ਼ਨ 'ਚ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਸਭ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਦੀ ਬਣਤਰ, ਬਣਤਰ ਮੀਨਸ ਕਿ ਇਲੈਕਸ਼ਨ ਕਮਿਸ਼ਨ ਦੇ ਕਿਸ ਅਨੁਛੇਦ ਵਿੱਚ ਹੈ, ਕਿੰਨੇ ਮੈਂਬਰਸ ਨੇ, ਕੌਣ ਨਿਯੁਕਤੀ ਕਰਦਾ ਹੈ, ਕੀ ਹੈ ਪ੍ਰੋਸੀਜਰ, ਕੌਣ ਇਹਨਾਂ ਨੂੰ ਪਦਵੀ ਤੋਂ ਲਗਾਉਂਦਾ ਹੈ, ਕੌਣ ਹਟਾਉਂਦਾ ਹੈ, ਇਹ ਬਣਤਰ ਦਾ ਪੋਰਸ਼ਨ ਜਿਹੜਾ ਹੈ ਇਹ ਤੁਹਾਨੂੰ 4 ਅੰਕਾਂ 'ਚ ਵੀ ਆ ਸਕਦਾ ਹੈ ਅਤੇ 2 ਅੰਕ 'ਚ ਵੀ ਆ ਸਕਦਾ ਹੈ ਅਤੇ 1 ਅੰਕ 'ਚ ਵੀ ਆ ਸਕਦਾ ਹੈ। ਸਭ ਤੋਂ ਪਹਿਲਾਂ ਹਰਮੀਤ, ਚੋਣ ਆਯੋਗ ਦੀ ਬਣਤਰ ਦੀ ਗੱਲ ਕਰੀਏ ਆਪਾਂ। ਚੋਣਾਂ ਜਿਹੜੀਆਂ ਜੀ ਨਿਰਪੱਖ ਅਤੇ ਸੁਤੰਤਰ ਕਰਾਉਣ ਦੀ ਜ਼ਿੰਮੇਵਾਰੀ ਹੈ ਸਾਡੇ ਸੰਵਿਧਾਨ ਨਿਰਮਾਤਾ ਨੇ ਚੋਣ ਆਯੋਗ ਨੂੰ ਸੌਂਪੀ ਹੈ। ਜੇ ਚੋਣਾਂ ਸੁਤੰਤਰ ਅਤੇ ਨਿਰਪੱਖ ਨਹੀਂ ਹੋਣਗੀਆਂ ਅਤੇ ਇਹ ਸਾਰਾ ਕੁਛ ਹੀ ਜਿਹੜਾ ਸਾਡਾ ਸਿਸਟਮ ਉਹ ਗਲਤ ਹੋ ਜੂਗਾ। ਸੋ ਸੁਤੰਤਰ ਚੋਣਾਂ ਲਈ ਸੰਵਿਧਾਨ ਦੇ 15ਵੇਂ ਹਿੱਸੇ ਦੀ ਧਾਰਾ 324 ਬ੍ਰੈਕਟ 1 ਦੀ ਵਿਵਸਥਾ ਕੀਤੀ ਗਈ ਆ ਕਿ ਸੰਸਦ, ਰਾਜ ਵਿਧਾਨ ਸਭਾਵਾਂ, ਰਾਸ਼ਟਰਪਤੀ, ਉਪ ਰਾਸ਼ਟਰਪਤੀ ਦੀ ਚੋਣ ਕਰਾਉਣ, ਵੋਟਰ ਸੂਚੀਆਂ ਤਿਆਰ ਕਰਨ ਦੇ ਸੰਬੰਧ ਵਿੱਚ ਨਿਰੀਖਣ, ਨਿਰਦੇਸ਼ਨ, ਨਿਯੰਤਰਣ ਕਰਨ ਦਾ ਅਧਿਕਾਰ ਚੋਣ ਆਯੋਗ ਕੋਲ ਹੋਵੇਗਾ। ਇਹ ਜੀ ਸਾਡੇ ਸੰਵਿਧਾਨ ਦੇ ਵਿੱਚ ਇਹ ਜਿਹੜੀ ਵਰਡਿੰਗ ਲਿਖੀ ਗਈ ਹੈ, ਚੋਣਾਂ ਜਿਹੜੀਆਂ ਸੁਤੰਤਰ, ਸਾਰਾ ਉਹਦਾ ਪ੍ਰੋਸੈਸ ਜਿਹੜਾ ਉਹ ਚੋਣ ਆਯੋਗ ਕਰੇਗਾ। ਸੋ ਚੋਣ ਆਯੋਗ ਦਾ ਗਠਨ ਸਭ ਤੋਂ ਪਹਿਲਾਂ ਮੈਮ ਕੀ ਆ ਵੀ 324 ਦੇ ਅਨੁਸਾਰ ਹੀ ਇੱਕ ਮੁੱਖ ਚੋਣ ਕਮਿਸ਼ਨ, ਜੇ ਲੋੜ ਪਵੇ ਤਾਂ ਹੋਰ ਚੋਣ ਕਮਿਸ਼ਨ ਰਾਸ਼ਟਰਪਤੀ ਨਿਯੁਕਤ ਕਰੇਗਾ। ਹਾਂ, ਅਤੇ 1993 ਤੋਂ ਪਹਿਲਾਂ ਸਾਡਾ ਜਿਹੜਾ ਚੋਣ ਆਯੋਗ ਸੀ ਇੱਕ ਮੈਂਬਰੀ ਸੀ, ਉਸ ਤੋਂ ਬਾਅਦ ਅਕਤੂਬਰ 1993 'ਚ 3 ਮੈਂਬਰੀ ਚੋਣ ਆਯੋਗ ਦੀ ਵਿਵਸਥਾ ਕੀਤੀ ਗਈ ਆ ਅਤੇ ਇਹਨਾਂ ਨੂੰ ਚੋਣ ਆਯੋਗ ਦੇ ਜਿਹੜੇ ਕਮਿਸ਼ਨਰ ਨੇ ਇਹਨਾਂ ਨੂੰ ਬਰਾਬਰ ਦਾ ਦਰਜਾ, ਕੋਈ ਇੱਕ ਮੁੱਖ ਚੋਣ ਕਮਿਸ਼ਨਰ ਤਾਂ ਹੁੰਦਾ ਹੀ ਆ, ਬਟ ਉਹਨਾਂ ਦਾ ਜਿਹੜਾ ਦਰਜਾ ਜਿਹੜਾ ਸਮਾਨ ਰੱਖਿਆ ਗਿਆ। ਸਮਾਨ ਰੱਖਿਆ ਗਿਆ ਬੱਚੇ। 1 ਨੰਬਰ ਦਾ ਕੁਐਸਚਨ ਕਿ ਭਾਰਤ ਵਿੱਚ ਚੋਣਾਂ ਦੀ, ਹਰ ਤਰ੍ਹਾਂ ਦੀ ਚੋਣਾਂ ਦਾ ਪ੍ਰਬੰਧ ਕੌਣ ਕਰੇਗਾ? ਭਾਰਤੀ ਚੋਣ ਆਯੋਗ ਕਰੇਗਾ। ਦੂਸਰਾ ਕੁਐਸਚਨ, ਚੋਣ ਆਯੋਗ ਦੇ ਮੈਂਬਰ ਕਿੰਨੇ ਹੋਣਗੇ? ਤਾਂ ਤੁਸੀਂ ਦੱਸ ਸਕਦੇ ਹੋ ਕਿ ਇਸ ਸਮੇਂ 3 ਮੈਂਬਰੀ ਚੋਣ ਆਯੋਗ ਹੈ, ਜਿਨ੍ਹਾਂ ਵਿੱਚ 1 ਮੁੱਖ ਚੋਣ ਕਮਿਸ਼ਨਰ ਅਤੇ 2 ਉਸਦੇ ਨਾਲ ਹੋਰ ਮੈਂਬਰ ਨੇ, ਪਰ ਇਹਨਾਂ ਦਾ ਦਰਜਾ ਸਮਾਨ ਸਮਝਿਆ ਜਾਂਦਾ ਹੈ। ਨਿਯੁਕਤੀ ਸਰ, ਇਹਨਾਂ ਦੀ ਨਿਯੁਕਤੀ, 1 ਨੰਬਰ ਦਾ ਕੁਐਸਚਨ, ਚੋਣ ਆਯੋਗ ਦੇ ਮੈਂਬਰਾਂ ਦੀ ਨਿਯੁਕਤੀ ਕੌਣ ਕਰਦਾ ਹੈ? ਇਹਨਾਂ ਦੀ ਮੁੱਖ, ਜਿਵੇਂ ਆਪਾਂ ਸਲਾਈਡ 'ਤੇ ਦੇਖ ਰਹੇ ਹਾਂ ਕਿ ਮੁੱਖ ਚੋਣ ਕਮਿਸ਼ਨਰ ਅਤੇ ਦੂਜੇ ਚੋਣ ਕਮਿਸ਼ਨਰਾਂ ਅਤੇ ਪ੍ਰਦੇਸ਼ਕ, ਜਿਵੇਂ ਸਟੇਟ ਲੈਵਲ 'ਤੇ ਵੀ ਆਪਾਂ ਦੇਖਦੇ ਹਾਂ ਵੀ ਇਲੈਕਸ਼ਨ ਕਰਾਉਣ ਲਈ ਪ੍ਰਦੇਸ਼ਕ ਕਮਿਸ਼ਨਰ, ਰੋਜ਼ ਰਾਜ ਚੋਣ ਆਯੋਗ ਕਮਿਸ਼ਨਰ ਵੀ ਲਗਾ ਦਿੱਤੇ ਜਾਂਦੇ ਆ, ਉਹਨਾਂ ਦੀ ਜਿਹੜੀ ਨਿਯੁਕਤੀ ਆ ਰਾਸ਼ਟਰਪਤੀ ਦੁਆਰਾ, ਸੰਸਦ ਦੁਆਰਾ ਬਣਾਏ ਗਏ ਕਾਨੂੰਨ ਦੁਆਰਾ ਹੀ
ਕੀਤੀ ਜਾਂਦੀ ਹੈ। ਹਾਂਜੀ, ਕਦੋਂ ਕੌਣ ਕਰਦਾ ਨਿਯੁਕਤੀ ਤਾਂ ਤੁਸੀਂ ਕੀ ਲਿਖਣਾ ਹੈ, ਰਾਸ਼ਟਰਪਤੀ ਦੁਆਰਾ ਇਹਨਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ। ਬੱਚੇ ਅਗਲੀ ਬਹੁਤ ਇੰਪੋਰਟੈਂਟ ਹੈ ਕਿ ਪਲੀਜ਼ ਤੁਸੀਂ ਇਹ ਨੋਟ ਡਾਊਨ ਕਰੋ, ਸਾਰੇ ਬੱਚੇ ਨੋਟ ਡਾਊਨ ਕਰਨ, ਮੇਰੇ ਤੇ ਹਰਮੀਤ ਸਰ ਦੇ ਸਕੂਲ ਦੇ ਬੱਚੇ ਵੀ ਨੋਟ ਡਾਊਨ ਕਰਨਗੇ, ਅਸੀਂ ਆ ਕੇ ਚੈੱਕ ਕਰਾਂਗੇ। ਬਿਲਕੁਲ। ਸੋ ਮੁੱਖ ਚੋਣ ਕਮਿਸ਼ਨਰ ਇਸ ਸਮੇਂ ਜੋ ਪ੍ਰੈਜੈਂਟ ਐਟ ਪ੍ਰੈਜੈਂਟ ਨੇ ਸ਼੍ਰੀ ਅਚਲ ਕੁਮਾਰ ਜੋਤੀ ਜੀ ਨੇ, ਸਲਾਈਡ ਦੇ ਉੱਤੇ ਤੁਹਾਡੇ ਫੋਟੋਗ੍ਰਾਫ ਵੀ ਦਿੱਤੀ ਗਈ ਹੈ। ਮੁੱਖ ਚੋਣ ਕਮਿਸ਼ਨਰ ਨੇ, ਦੂਸਰੇ ਜੋ ਉਹਨਾਂ ਦੇ ਸਹਿਯੋਗੀ ਮੈਂਬਰ ਨੇ ਸ਼੍ਰੀ ਓਮ ਪ੍ਰਕਾਸ਼ ਰਾਵਤ ਜੀ ਹਨ, ਅਤੇ ਜੋ ਤੀਸਰੇ ਮੈਂਬਰ ਹਨ ਸ਼੍ਰੀ ਸੁਨੀਲ ਅਰੋੜਾ ਜੀ। ਸੋ ਤਿੰਨਾਂ ਦਾ ਦਰਜਾ ਸਮਾਨ ਹੈ, ਪਰ ਸ਼੍ਰੀ ਅਚਲ ਕੁਮਾਰ ਜੋਤੀ ਜੀ ਨੂੰ ਮੁੱਖ ਚੋਣ ਕਮਿਸ਼ਨਰ ਦਾ ਦਰਜਾ ਦਿੱਤਾ ਗਿਆ ਹੈ। ਸੋ ਇਹ ਤੁਹਾਡਾ ਵੈਰੀ ਵੈਰੀ ਇੰਪੋਰਟੈਂਟ ਇੱਕ ਅੰਕ ਦਾ ਕੁਐਸਚਨ ਹੋ ਸਕਦਾ, ਅਸੀਂ ਪਾ ਵੀ ਦਈਏ ਕਿ ਮੁੱਖ ਭਾਰਤੀ ਮੁੱਖ ਚੋਣ ਕਮਿਸ਼ਨਰ ਦੇ ਨਾਮ ਦਾ ਨਾਮ ਦੱਸੋ, ਸ਼੍ਰੀ ਅਚਲ ਕੁਮਾਰ ਜੋਤੀ ਜੀ। ਬੱਚੇ ਤਿੰਨੋਂ ਨਾਮ ਤੁਸੀਂ ਨੋਟ ਕਰ ਲੈਣੇ ਆ ਔਰ ਪਲੀਜ਼ ਬੁੱਕ ਦੇ ਉੱਪਰ ਨੋਟ ਕਰਨੇ ਹਨ। ਇਹ ਮੈਮ ਇਹ ਜਿਹੜੇ ਅਚਲ ਕੁਮਾਰ ਜੋਤੀ ਜੀ ਨੇ ਅਹੁਦਾ ਕਦੋਂ ਸੰਭਾਲਿਆ? ਜੁਲਾਈ ਦੇ ਵਿੱਚ ਇਹਨਾਂ ਨੇ ਮੁੱਖ ਚੋਣ ਕਮਿਸ਼ਨਰ ਦਾ ਅਹੁਦਾ ਸੰਭਾਲਿਆ, ਕਿਉਂਕਿ ਜਿਹੜੇ ਪਹਿਲੇ ਸੀਗੇ ਸਾਡੇ ਜੈਦੀ ਉਹ ਰਿਟਾਇਰ ਹੋ ਗਏ ਨੇ ਜੀ। ਉਸ ਤੋਂ ਇਲਾਵਾ ਸੁਨੀਲ ਅਰੋੜਾ ਜੀ ਨੇ ਵੀ ਜਿਹੜਾ ਅਹੁਦਾ ਜੁਲਾਈ ਦੇ ਵਿੱਚ ਹੀ ਸੰਭਾਲਿਆ। ਇਹ ਤੁਹਾਡੀ ਬੇਟਾ ਤੁਹਾਡੀ ਬੁੱਕ ਦੇ ਵਿੱਚ ਨਹੀਂ ਹੈਗਾ, ਬੁੱਕ 'ਚ ਨਹੀਂ ਹੈ। ਨੋਟ ਕਰੋ ਬੱਚੇ, ਤੁਸੀਂ ਬਹੁਤ ਇੰਪੋਰਟੈਂਟ ਕੁਐਸਚਨ ਹੈ। ਅੱਗੇ ਅਸੀਂ ਗੱਲ ਕਰਾਂਗੇ ਯੋਗਤਾਵਾਂ ਦੀ ਕਿ ਮੁੱਖ ਚੋਣ ਕਮਿਸ਼ਨਰ ਜਾਂ ਚੋਣ ਕਮਿਸ਼ਨਰ ਦੇ ਅਹੁਦੇ 'ਤੇ ਕਿਸ ਨੂੰ ਲਗਾਉਣਾ ਹੈ, ਕਿੰਨੇ ਸਾਲ ਤੱਕ ਲਗਾਉਣਾ ਹੈ, ਕਿੰਨੀ ਤਨਖਾਹ ਹੈ, ਅਤੇ ਇਹਨਾਂ ਨੂੰ ਕਿਵੇਂ ਕਿਵੇਂ ਕੰਮ ਕਰਨਾ ਹੈ ਇਹਨਾਂ ਨੇ। ਹਾਂਜੀ ਸਰ, ਇਹ ਜੀ ਸੰਵਿਧਾਨ ਇਹਦੀ ਯੋਗਤਾਵਾਂ ਦੇ ਸੰਬੰਧ ਵਿੱਚ ਚੁੱਪ ਆ, ਸੰਵਿਧਾਨ ਵਿੱਚ ਯੋਗਤਾਵਾਂ ਦੇ ਸੰਬੰਧ ਕੁਛ ਨਹੀਂ ਲਿਖਿਆ, ਪਰ ਭਾਰਤ ਸਰਕਾਰ ਦੇ ਉੱਚੇ ਪਦਾਂ ਜਿਹੜੇ IAS ਅਫਸਰ ਰਿਟਾਇਰ ਹੋ ਜਾਂਦੇ ਆ ਉਹਨਾਂ ਨੂੰ ਤਜਰਬਾ ਹੁੰਦਾ, ਸੋ ਉਹਨਾਂ ਨੂੰ ਇਸ ਪਦ 'ਤੇ ਨਿਯੁਕਤ ਕਰ ਦਿੱਤਾ ਜਾਂਦਾ। ਕਾਰਜਕਾਲ ਇਹਨਾਂ ਦਾ 6 ਸਾਲਿਆਂ ਦੀ ਵੱਧ ਤੋਂ ਵੱਧ ਜਾਂ 65 ਸਾਲ ਦੀ ਉਮਰ ਜੋੜੇ ਵੀ ਇਹਨਾਂ ਤੋਂ ਪਹਿਲਾਂ ਹੋ ਜਾਂਦਾ ਵਾ, ਪੂਰੀ ਹੋ ਜੇ ਏਜ ਪਹਿਲਾਂ ਹੋ ਜਾਂਦੀ ਹੈ ਤਾਂ ਰਿਟਾਇਰ ਹੋ ਜਾਏਗਾ, ਜੇ ਸਮਾਂ 6 ਸਾਲ ਹੋ ਜਾਂਦਾ 6 ਸਾਲ ਹੋ ਜਾਂਦਾ ਤਾਂ 6 ਸਾਲ ਦੇ ਸਮੇਂ ਲਈ। ਇਸੇ ਤਰੀਕੇ ਦੇ ਨਾਲ ਮੁੱਖ ਚੋਣ ਕਮਿਸ਼ਨਰ ਅਤੇ ਬਾਕੀ ਚੋਣ ਕਮਿਸ਼ਨਰ ਜੋ ਹਨ ਇਹਨਾਂ ਨੂੰ ਅਹੁਦੇ ਤੋਂ ਵੱਖ ਕੀਤਾ ਜਾ ਸਕਦਾ ਹੈ। ਕਿਸ ਤਰੀਕੇ ਦੇ ਨਾਲ? ਜਿਵੇਂ ਕਿ ਸੁਪਰੀਮ ਕੋਰਟ ਦੇ ਜੱਜਾਂ ਨੂੰ ਮਹਾਂਯੋਗ ਦੇ ਮੁਕੱਦਮੇ ਦੇ ਰਾਹੀਂ, ਮਹਾਂਦੋਸ਼ ਦੇ ਮੁਕੱਦਮੇ ਦੇ ਰਾਹੀਂ ਅਸੀਂ ਹਟਾ ਦਿੰਦੇ ਹਾਂ। ਉਸੇ ਤਰੀਕੇ ਨਾਲ ਕਹਿਣ ਤੋਂ ਭਾਵ ਬੱਚੇ ਕਿ ਇਹਨਾਂ ਨੂੰ ਅਹੁਦੇ ਤੋਂ ਵੱਖ ਕਰਨਾ ਸੌਖਾ ਨਹੀਂ ਹੈ ਕਿ ਕੋਈ ਛੋਟੀ ਜਿਹੀ ਗੱਲ ਹੋਈ ਅਤੇ ਇਹਨਾਂ ਨੂੰ ਹਟਾਤਾ, ਇਹਨਾਂ ਨੂੰ ਪਦਵੀ ਤੋਂ ਹਟਾਉਣਾ ਵੀ ਬਹੁਤ ਮੁਸ਼ਕਿਲ ਹੈ। ਤਨਖਾਹ ਦੇ ਤੌਰ ਦੇ ਉੱਤੇ ਬਾਕੀ ਭੱਤਿਆਂ ਦੇ ਨਾਲ ਨਾਲ 90,000 ਰੁਪਏ ਪ੍ਰਤੀ ਮਹੀਨਾ ਇਹਨਾਂ ਨੂੰ ਤਨਖਾਹ ਮਿਲਦੀ ਹੈ, ਅਤੇ ਭਾਰਤ ਦੇ ਚੋਣ ਆਯੋਗ ਵਿੱਚ ਸਿਰਫ ਤੁਸੀਂ ਸੋਚਦੇ ਹੋਵੋਗੇ ਕਿ ਤਿੰਨ ਅਧਿਕਾਰੀ ਹੀ ਸਾਰੀ ਚੋਣ ਕਰਾਉਂਦੇ ਨੇ, ਨਹੀਂ ਬੱਚੇ, ਇਹ ਅਧਿਅਕਸ਼ਤਾ ਕਰਦੇ ਨੇ ਅਤੇ ਚੋਣ ਆਯੋਗ ਦੇ ਅਧੀਨ ਕਾਫੀ ਕੱਚੇ ਅਤੇ ਪੱਕੇ ਡੈਪੂਟੇਸ਼ਨ ਦੇ ਉੱਤੇ ਅਤੇ ਪੱਕੇ ਕਰਮਚਾਰੀ ਹੁੰਦੇ ਹਨ ਜਿਹੜੇ ਕਿ ਕੇਂਦਰ ਵਿੱਚ, ਰਾਜਾਂ ਵਿੱਚ ਅਤੇ ਹਰੇਕ ਤਰ੍ਹਾਂ ਦੀ ਚੋਣ ਕਰਦੇ ਹਨ। ਸੋ ਅਜਿਹੇ ਅਧਿਕਾਰੀ ਜੋ ਹਨ, ਇਹ ਸਰ ਨੇ ਲਿਖਿਆ ਵੀ ਹੈ ਕਿ ਇਹ ਰਾਸ਼ਟਰਪਤੀ ਅਤੇ ਰਾਜਪਾਲ ਕੋਲੋਂ ਅਧਿਕਾਰੀ ਡੈਪੂਟੇਸ਼ਨ 'ਤੇ ਵੀ ਲੈ ਕੇ ਕੰਮ ਕਰਦੇ ਹਨ। ਪਰ ਤੁਸੀਂ ਦੇਖਿਆ ਹੋਣਾ ਕਿ ਚੋਣਾਂ ਦੇ ਦਿਨਾਂ 'ਚ ਤੁਹਾਡੇ ਟੀਚਰਸ ਦੀ ਵੀ ਡਿਊਟੀ ਲੱਗ ਜਾਂਦੀ ਹੈ। ਬਿਲਕੁਲ ਲੱਗ ਜਾਂਦੀ ਹੈ। ਸੋ ਜਿਹੜਾ ਬੰਦਾ ਵੀ ਇਲੈਕਸ਼ਨ ਦੇ ਡੇਜ਼ ਦੇ ਵਿੱਚ, ਇਲੈਕਸ਼ਨ ਦੇ ਕੰਮ ਦੇ ਵਿੱਚ ਇਨਵੋਲਵ ਹੋ ਗਿਆ, ਉਹ ਸਮੇਂ ਇਲੈਕਸ਼ਨ ਕਮਿਸ਼ਨ ਦੇ ਇੱਕ ਅਧਿਕਾਰੀ ਦੇ ਤੌਰ 'ਤੇ ਕੰਮ ਕਰਦਾ ਹੈ। ਸੋ ਅੱਗੇ ਆ ਗਏ ਬੱਚੇ ਭਾਰਤੀ ਚੋਣ ਆਯੋਗ ਦੇ ਕੰਮ। ਵੈਰੀ 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 ਇੰਪੋਰਟੈਂਟ। ਬੱਚੇ ਕਹਿੰਦੇ ਹੋਣਗੇ ਮੈਡਮ ਹਰ ਕੁਐਸਚਨ ਨੂੰ ਕਹਿ ਰਹੇ ਆ ਵੈਰੀ 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 ਇੰਪੋਰਟੈਂਟ ਹੈ ਜੀ, ਬਹੁਤ ਜ਼ਿਆਦਾ ਬਹੁਤ ਇੰਪੋਰਟੈਂਟ ਹੈ। ਅਸੀਂ ਇਹਦੇ ਵਿੱਚ ਬਹੁਤ ਕੁਝ ਪਾਉਣਾ ਪੇਪਰ ਦੇ ਵਿੱਚ, ਬੋਰਡ ਨੇ ਬਹੁਤ ਪਾ ਦੇਣਾ, ਸੋ ਚੰਗੀ ਤਰ੍ਹਾਂ ਕਰਨਾ। ਚੋਣ ਆਯੋਗ ਦੇ ਕੰਮ 1 ਅੰਕ 'ਚ ਆ ਸਕਦੇ ਨੇ, 2 ਪੁੱਛੇ ਜਾ ਸਕਦੇ ਨੇ, 4 ਪੁੱਛੇ ਜਾ ਸਕਦੇ ਨੇ ਅਤੇ 6 ਅੰਕ 'ਚ ਵੀ ਆ ਸਕਦੇ ਨੇ। ਹਾਂਜੀ ਸਰ, ਸਭ ਤੋਂ ਪਹਿਲਾਂ ਜੀ ਚੋਣਾਂ ਦਾ ਪ੍ਰਬੰਧ, ਨਿਰਦੇਸ਼ਨ ਅਤੇ ਨਿਰੀਖਣ, ਕਦੋਂ ਚੋਣਾਂ ਕਰਵਾਉਣੀਆਂ, ਡੇਟ ਅਨਾਊਂਸ ਕਰਨੀ ਉਹਨਾਂ ਦੀ, ਉਹਨਾਂ ਦਾ ਸਾਰਾ ਅਮਲਾ ਇਕੱਠਾ ਕਰਨਾ, ਕਿਸ ਤਰ੍ਹਾਂ ਸਹੀ ਤਰੀਕੇ ਨਾਲ ਇਲੈਕਸ਼ਨ ਫੇਅਰ ਐਂਡ ਫਾਈਨਲ ਇਲੈਕਸ਼ਨ ਹੋ ਜਾਵੇ, ਸਾਰਾ ਜਿਹੜਾ ਜਿੰਨਾ ਚਿਰ ਇਲੈਕਸ਼ਨ ਕੰਪਲੀਟ ਨਹੀਂ ਹੋ ਜਾਂਦੀ ਉਹ ਸਾਰਾ ਚੋਣ ਆਯੋਗ ਦੇ ਅਧੀਨ ਹੀ ਕੰਮ ਕੀਤਾ ਜਾਂਦਾ। ਉਸ ਤੋਂ ਪਹਿਲਾਂ ਜਿਹੜਾ ਚੱਲਦਾ ਰਹਿੰਦਾ ਕੰਮ, ਵੋਟਰ ਸੂਚੀਆਂ ਦੀ ਨਵੀਆਂ ਰੀਨਿਊਅਲ ਜਿਸ ਤਰ੍ਹਾਂ ਚੱਲਦੀ ਰਹਿੰਦੀ ਆ, ਹੁਣ ਤਾਂ ਆਪਾਂ ਦੇਖਦੇ ਹਾਂ ਕਿ ਸਾਲ ਦੇ ਵਿੱਚ ਲਗਾਤਾਰ ਹੀ ਸੁਧਾਈ ਦਾ ਕੰਮ ਚੱਲਦਾ ਰਹਿੰਦਾ। ਜਿਹੜਾ ਵੀ ਵੋਟਰ 18 ਸਾਲ ਦੀ ਉਮਰ, ਜਿਹੜਾ ਨਾਗਰਿਕ 18 ਸਾਲ ਦੀ ਉਮਰ ਕੰਪਲੀਟ ਕਰ ਲੈਂਦਾ, ਉਹ ਆਪਣਾ ਨਾਂ ਜਿਹੜਾ ਵੋਟਰ ਸੂਚੀ 'ਚ ਦਰਜ ਕਰਾਉਂਦਾ। ਉਹ ਵੀ ਕੰਮ ਜਿਹੜਾ ਵਾ ਇਲੈਕਸ਼ਨ ਕਮਿਸ਼ਨ ਦੇ ਦਿਸ਼ਾ ਨਿਰਦੇਸ਼ ਦੇ ਅਕੋਰਡਿੰਗਲੀ ਹੀ
ਚੱਲਦਾ ਵਾ। ਹਾਂਜੀ, ਇੱਥੇ ਹਰਮੀਤ ਜੀ ਮੈਂ ਬੱਚਿਆਂ ਨੂੰ ਜ਼ਰੂਰ ਦੱਸਣਾ ਚਾਹਾਂਗੀ ਕਿ ਵੋਟਰ ਸੂਚੀ ਬੇਟੇ ਦੇਖੋ ਫੋਟੋ ਵੀ ਦਿੱਤੀ ਹੈ, ਤੁਹਾਡੇ 'ਚੋਂ ਬਹੁਤ ਬੱਚਿਆਂ ਦੇ ਵੋਟਾਂ ਬਣ ਵੀ ਗਈਆਂ ਹੋਣਗੀਆਂ, ਜੇ ਨਹੀਂ ਬਣੀਆਂ ਤਾਂ 18 ਸਾਲ ਦੇ ਹੁੰਦੇ ਸਾਰ ਤੁਸੀਂ ਵੋਟਰ ਸੂਚੀ ਦੇ ਵਿੱਚ ਆਪਣਾ ਨਾਮ ਦਰਜ ਕਰਾ ਕੇ ਵੋਟਰ ਕਾਰਡ ਤੁਹਾਨੂੰ ਪ੍ਰਾਪਤ ਹੋ ਜਾਂਦਾ। ਸੋ ਇਹ ਜਿਹੜਾ ਹੈ ਤੁਸੀਂ ਯਾਦ ਰੱਖਣਾ ਹੈ, ਬਹੁਤ ਇੰਪੋਰਟੈਂਟ ਹੈ, ਤੁਹਾਡੇ ਹਰ ਡਾਕੂਮੈਂਟਸ ਦੇ ਵਿੱਚ ਤੁਹਾਨੂੰ ਜ਼ਰੂਰਤ ਪਏਗੀ ਵੋਟਰ ਕਾਰਡ ਤਿਆਰ ਕਰਨਾ। ਸੋ ਇਹ ਸੂਚੀ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਅੱਗੇ ਹੈ ਚੋਣਾਂ ਦੀ ਮਿਤੀ ਘੋਸ਼ਿਤ ਕਰਨਾ। ਹਾਂਜੀ ਸਰ। ਹਾਂਜੀ, ਇਸ ਤੋਂ ਬਾਅਦ ਜੀ ਚੋਣਾਂ ਦੀ ਜਿਹੜੀ ਮਿਤੀ, ਇਲੈਕਸ਼ਨ ਕਮਿਸ਼ਨ ਸਾਰੇ ਜਦੋਂ ਇੱਕ ਵਾਰ ਵਿਜ਼ਿਟ ਕਰਦਾ ਸਟੇਟ ਦੇ ਵਿੱਚ ਜਿਹਦੇ ਜਿਹਦੇ ਇਲੈਕਸ਼ਨ ਹੋਣੀ ਹੈ, ਫਿਰ ਵਿਜ਼ਿਟ ਕਰਕੇ ਫਿਰ ਉਹ ਫਾਈਨਲ ਜਿਹੜਾ ਡਿਸੀਜਨ ਦੇ ਜਾਂਦਾ ਵੀ ਇਹਨੂੰ ਇਸ ਤਰੀਕ ਨੂੰ ਨਾਮਜ਼ਦਗੀਆਂ ਹੋਣਗੀਆਂ, ਇਸ ਤਰੀਕ ਨੂੰ ਵਾਪਸ ਲਈਆਂ ਜਾਣਗੀਆਂ, ਸਾਰਾ ਦਿਸ਼ਾ ਨੋਟੀਫਿਕੇਸ਼ਨ ਜਿਹੜਾ ਚੋਣਾਂ ਦਾ ਉਹ ਇਲੈਕਸ਼ਨ ਕਮਿਸ਼ਨ ਦੁਆਰਾ ਹੀ ਕੀਤਾ ਜਾਂਦਾ। ਇਸੇ ਤਰੀਕੇ ਦੇ ਨਾਲ ਰਾਜਨੀਤਿਕ ਦਲਾਂ ਨੂੰ ਮਾਨਤਾ ਦੇਣੀ, ਕਿਸ ਰਾਜਨੀਤਿਕ ਦਲ ਨੂੰ ਪੱਕਾ ਚੋਣ ਨਿਸ਼ਾਨ ਦੇਣਾ ਹੈ, ਠੀਕ ਹੈ, ਕਿਸ ਨੂੰ ਕੱਚੇ ਚੋਣ ਨਿਸ਼ਾਨ ਦੇਣੇ ਹਨ, ਕਿਸ ਨੂੰ ਰਾਸ਼ਟਰੀ ਦਲ ਬਣਾਉਣਾ ਹੈ, ਕਿਸ ਨੂੰ ਰਾਜ ਪੱਧਰੀ ਦਰ ਦਾ ਦਰਜਾ ਦੇਣਾ ਹੈ, ਇਹ ਸਾਰਾ ਕੰਮ ਵੀ ਚੋਣ ਆਯੋਗ ਰਾਹੀਂ ਕੀਤਾ ਜਾਂਦਾ ਹੈ। ਇਸ ਦੇ ਨਾਲ ਨਾਲ ਚੋਣਾਂ ਨਾਲ ਸੰਬੰਧਿਤ ਕਰਮਚਾਰੀਆਂ 'ਤੇ ਨਿਯੰਤਰਣ ਰੱਖਣਾ, ਹਰੇਕ ਤਰ੍ਹਾਂ ਦਾ ਕਰਮਚਾਰੀ ਜੋ ਚੋਣਾਂ ਦੇ ਵਿੱਚ ਸਿੱਧੇ ਜਾਂ ਸਿੱਧੇ ਤੌਰ 'ਤੇ ਭਾਗ ਲੈ ਰਿਹਾ ਹੈ, ਉਹਦੀ ਸਾਰੀ ਜ਼ਿੰਮੇਵਾਰੀ ਚੋਣ ਆਯੋਗ ਦੀ ਹੈ, ਨਿਯੁਕਤੀਆਂ ਵੀ, ਕੰਮ ਵੰਡਣੇ ਅਤੇ ਕੰਮਾਂ 'ਤੇ ਨਿਯੰਤਰਣ ਰੱਖਣਾ। ਇਸ ਤੋਂ ਇਲਾਵਾ ਇਲੈਕਸ਼ਨ ਕੋਡ ਆਫ ਕੰਡਕਟ, ਇਹ ਵੀ ਜਿਹੜਾ ਜਦੋਂ ਇਲੈਕਸ਼ਨ ਅਨਾਊਂਸ ਹੋ ਜਾਂਦੀ ਆ ਇਮੀਡੀਏਟਲੀ ਇਫੈਕਟ ਦੇ ਵਿੱਚ ਆ ਜਾਂਦਾ ਵਾ। ਸੋ ਇਸ ਤੋਂ ਇਲਾਵਾ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਸੰਸਦ ਅਤੇ ਰਾਜ ਵਿਧਾਨ ਮੰਡਲਾਂ ਲਈ ਚੋਣਾਂ ਦਾ ਪ੍ਰਬੰਧ ਕਰਦਾ, ਇਸ ਤੋਂ ਇਲਾਵਾ ਪੋਲਿੰਗ ਸਟੇਸ਼ਨ ਜਿਹੜੇ ਬੂਥ ਕਾਇਮ ਕਰਨੇ ਨਵੇਂ, ਜਿਸ ਤਰ੍ਹਾਂ ਜੇ ਮੰਨ ਲਓ ਜਨਸੰਖਿਆ ਵੱਧ ਜਾਂਦੀ ਹੈ, ਨਵਾਂ ਕੋਈ ਪੋਲਿੰਗ ਬੂਥ ਉਹਦੇ ਬਣਾਉਣਾ ਵਾ, ਉਹਦਾ ਵੀ ਪ੍ਰਬੰਧ ਨਿਰਦੇਸ਼ਕ ਸ਼ੁਰੂ ਤੋਂ, ਇਹ ਕਾਫੀ ਇੱਕ ਸਾਲ ਜਿਹੜਾ ਪ੍ਰੋਸੈਸ ਹੈ ਪਹਿਲਾਂ ਸ਼ੁਰੂ ਹੋ ਜਾਂਦਾ ਜਿੱਥੇ ਇਲੈਕਸ਼ਨ ਸ਼ੁਰੂ ਹੋਣੀ ਹੁੰਦੀ ਹੈ। ਇਸ ਤੋਂ ਇਲਾਵਾ ਮਤ ਪੇਟੀਆਂ ਦੀ ਸੁਰੱਖਿਆ, ਵੋਟਾਂ ਦੀ ਗਿਣਤੀ, ਇਹ ਸਾਰਾ ਚੋਣ ਆਯੋਗ ਦੇ ਦਿਸ਼ਾ ਨਿਰਦੇਸ਼ ਦੇ ਅਕੋਰਡਿੰਗਲੀ ਹੀ ਚੱਲਦਾ। ਬੇਟੇ, ਗਲਤ ਵਿਧੀਆਂ ਜੇ ਕੋਈ ਅਪਣਾਉਂਦਾ ਹੈ, ਚੋਣਾਂ ਗਲਤ ਤਰੀਕੇ ਨਾਲ ਜਿੱਤਦਾ ਹੈ, ਪੈਸਾ ਵੱਧ ਲਾਉਂਦਾ ਹੈ, ਪੈਸੇ ਦੇ ਧਨ ਖਰਚਣ 'ਚ ਕੁਛ ਗੜਬੜ ਹੈ, ਤਾਂ ਚੋਣ ਰੱਦ ਵੀ ਕੀਤੀ ਜਾ ਸਕਦੀ ਹੈ। ਰੱਦ ਕਰਨ ਦਾ ਅਧਿਕਾਰ, ਦੁਬਾਰਾ ਚੋਣ ਕਰਾਉਣ ਦਾ ਅਧਿਕਾਰ, ਚੋਣਾਂ ਸੰਬੰਧੀ ਸਾਰੇ ਨਿਰਦੇਸ਼ ਜਾਰੀ ਕਰਨੇ, ਚੁਣੇ ਹੋਏ ਪ੍ਰਤੀਨਿਧਾਂ ਦੀ ਯੋਗਤਾਵਾਂ ਅਤੇ ਅਯੋਗਤਾਵਾਂ ਨਿਸ਼ਚਿਤ ਕਰਨੀਆਂ, ਵੀ ਕੈਂਡੀਡੇਟ ਜਿਹੜੇ ਇਲੈਕਸ਼ਨ ਲੜਨਾ ਚਾਹੁੰਦੇ ਨੇ ਉਹਨਾਂ ਵਿੱਚ ਕੀ ਯੋਗਤਾਵਾਂ ਹੋਣੀਆਂ ਚਾਹੀਦੀਆਂ ਅਤੇ ਕਿਹੜੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਜੇ ਉਹ ਯੋਗਤਾਵਾਂ ਵਿੱਚੋਂ ਕੋਈ ਅਯੋਗਤਾ ਸਾਹਮਣੇ ਆਉਂਦੀ ਹੈ ਤਾਂ ਇਲੈਕਸ਼ਨ ਨੂੰ ਰੱਦ ਕਰਨਾ, ਉਹਦੇ 'ਤੇ ਰੋਕ ਲਗਾਉਣੀ, ਇਹ ਸਾਰਾ ਕੰਮ ਵੀ ਚੋਣ ਆਯੋਗ ਦੇ ਅਧੀਨ ਕਰਵਾਇਆ ਜਾਂਦਾ ਹੈ। ਅੱਗੇ ਚੋਣ ਲੜਨ ਲਈ ਆਯੋਗ ਘੋਸ਼ਿਤ ਕਰਨਾ, ਮੈਂ ਅੱਗੇ ਮੈਮ ਨਾਲ ਗੱਲ ਕਰਿਆ ਸੀ, ਜਿਹੜੀ ਆਪਣੀ ਇਲੈਕਸ਼ਨ 16ਵੀਂ ਲੋਕ ਸਭਾ ਦੀ ਇਲੈਕਸ਼ਨ ਹੋਈ ਆ, 4000 ਦੇ ਕਰੀਬ ਜਿਹੜੇ ਆ ਜਿਹੜੇ ਉਮੀਦਵਾਰ ਆ ਉਹਨਾਂ ਨੂੰ ਨੈਕਸਟ ਚੋਣ ਲੜਨ ਲਈ ਚੋਣ ਆਯੋਗ ਨੇ ਅਯੋਗ ਘੋਸ਼ਿਤ ਕਰ ਦਿੱਤਾ, ਕਿਉਂਕਿ ਉਹਨਾਂ ਨੇ ਸਮੇਂ ਦੇ ਸਿਰ ਜਿਹੜੀ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਖਰਚੇ ਦੇ ਸੰਬੰਧ 'ਚ। ਸੋ ਰਾਜਨੀਤਿਕ ਦਲਾਂ ਦੀ ਮਾਨਤਾ ਜੇਕਰ ਰੱਦ ਕਰਨੀ ਆ ਉਹ ਵੀ ਜਿਹੜਾ ਇਲੈਕਸ਼ਨ ਕਮਿਸ਼ਨ ਹੀ ਕੰਮ ਕਰਦਾ ਵਾ। ਸੋ ਚੋਣ ਆਯੋਗ ਦੀ ਗੱਲ ਕਰਾਂਗੇ, ਚੋਣ ਆਯੋਗ ਦੀ ਸੁਤੰਤਰਤਾ ਦੀ ਸਮੇਂ ਦੀ ਘਾਟ ਹੈ। ਸੋ ਚੋਣ ਆਯੋਗ ਨੂੰ ਸੁਤੰਤਰ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਕਿਵੇਂ? ਨੰਬਰ ਇੱਕ, ਤੁਹਾਨੂੰ ਪਤਾ ਹੈ ਕਿ ਚੋਣ ਆਯੋਗ ਦੀ ਜੋ ਬਣਤਰ ਹੈ ਇਸ ਦੇ ਬਾਰੇ ਵਿੱਚ ਸੰਵਿਧਾਨ ਦੇ ਅਨੁਛੇਦ 324 ਵਿੱਚ ਲਿਖਿਆ ਗਿਆ ਹੈ, ਨਿਸ਼ਚਿਤ ਮਿਆਦ ਤੱਕ 6 ਸਾਲ ਦੀ ਸਮਾਂ ਜਾਂ 65 ਸਾਲ ਦੀ ਉਮਰ ਤੱਕ ਇਹ ਅਧਿਕਾਰੀ ਆਪਣੇ ਅਹੁਦੇ 'ਤੇ ਕੰਮ ਕਰਦੇ ਹਨ। ਇਹਨਾਂ ਨੂੰ ਅਹੁਦੇ 'ਤੇ ਲਗਾਉਣਾ, ਬੜੇ ਵਧੀਆ ਅਧਿਕਾਰੀ ਜੋ ਹਨ, ਸੂਝਵਾਨ, ਉਹਨਾਂ ਨੂੰ ਲਗਾਇਆ ਜਾਂਦਾ ਹੈ ਅਤੇ ਇਹਨਾਂ ਨੂੰ ਜਲਦੀ ਕਿਤੇ ਪਦਵੀ ਤੋਂ ਹਟਾਇਆ ਵੀ ਨਹੀਂ ਜਾ ਸਕਦਾ। ਇਹਨਾਂ ਦੀਆਂ ਤਨਖਾਹਾਂ ਬਹੁਤ ਵਧੀਆ ਹੁੰਦੀਆਂ ਹਨ ਅਤੇ ਸ਼ਕਤੀਆਂ ਬਹੁਤ ਪ੍ਰਭਾਵਸ਼ਾਲੀ ਹੁੰਦੀਆਂ ਹਨ। ਸੋ ਅੱਗੇ ਅਸੀਂ ਗੱਲ ਕਰਾਂਗੇ ਚੋਣ ਪ੍ਰਕਿਰਿਆ, ਇਲੈਕਸ਼ਨ ਪ੍ਰੋਸੈਸ। ਅਗੇਨ ਵੈਰੀ 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 ਇੰਪੋਰਟੈਂਟ ਕੁਐਸਚਨ। ਇਹ ਤਾਂ ਬੱਚੇ ਹਰ ਹਾਲਤ ਵਿੱਚ 6 ਨੰਬਰ ਦਾ ਤੇ ਪਾਇਆ, 6 ਨੰਬਰ ਚ ਪਾ ਦਈਏ, 4-4 ਜੇ ਇਹ ਆਣਾ ਹੀ ਆਣਾ ਹੈ। ਚੋਣ ਪ੍ਰਕਿਰਿਆ ਕੀ ਹੁੰਦੀ ਹੈ? ਸੋ ਤੁਸੀਂ ਇੱਕ ਲਾਈਨ 1 ਨੰਬਰ ਦਾ ਕੁਐਸਚਨ ਵੀ ਬਣ ਜਾਂਦਾ ਹੈ ਕਿ ਚੋਣਾਂ ਦਾ ਪ੍ਰਬੰਧ ਕਰਨ ਦੇ ਲਈ ਇੱਕ ਵਿਧੀ ਨਿਸ਼ਚਿਤ ਕੀਤੀ ਗਈ ਹੈ ਕਿ ਚੋਣਾਂ ਦਾ ਪ੍ਰਬੰਧ ਕਿੱਦਾਂ, ਕਿੱਥੋਂ ਲੈ ਕੇ ਕਿੱਥੇ ਤੱਕ ਕੰਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿ ਸਕਦੇ ਹਾਂ ਚੋਣ ਅਨਾਊਂਸ ਹੋਣ ਤੋਂ, ਚੋਣ ਖੇਤਰ ਨਿਸ਼ਚਿਤ ਕਰਨ ਤੋਂ, ਚੋਣ ਅਨਾਊਂਸ ਹੋਣ ਤੋਂ ਲੈ ਕੇ ਨਤੀਜੇ ਘੋਸ਼ਿਤ ਹੋਣ ਤੱਕ ਜੋ ਸਾਰੀ ਪ੍ਰਕਿਰਿਆ ਹੈ ਕਿੱਦਾਂ ਚੱਲਦੀ ਹੈ, ਇਸ ਸਾਰੀ ਵਿਧੀ ਨੂੰ ਚੋਣ ਪ੍ਰਕਿਰਿਆ ਕਿਹਾ ਜਾਂਦਾ ਹੈ। ਸੋ ਇਸ ਸੰਬੰਧ ਵਿੱਚ ਸੰਸਦ ਦੁਆਰਾ ਵੱਖ ਵੱਖਰੇ ਕਾਨੂੰਨ ਪਾਸ ਕੀਤੇ ਗਏ ਸਮੇਂ ਸਮੇਂ ਦੇ, ਜਿਹਨੂੰ ਜਨ ਪ੍ਰਤੀਨਿਧਤਾ ਕਾਨੂੰਨ ਅਸੀਂ ਕਹਿੰਦੇ ਹਾਂ, 1950, 1951, 1988, 1996 'ਚ ਪਾਸ ਕੀਤੇ ਗਏ। ਸੋ ਇਹਨਾਂ ਦੇ ਵਿੱਚ ਸੋਧ ਵੀ ਕਰ ਸਕਦੀ ਹੈ
ਤੇ ਸਭ ਤੋਂ ਪਹਿਲਾਂ ਇੰਪੋਰਟੈਂਟ ਸਟੈਪ ਆ ਜੀ ਚੋਣ ਖੇਤਰ ਨਿਸ਼ਚਿਤ ਕਰਨਾ। ਹਾਂ ਬੱਚੇ ਇਹ ਤੁਹਾਨੂੰ ਤੇ ਬਿਲਕੁਲ ਹੁਣ ਦੇਖੀ ਜਾਓ, ਸਭ ਤੋਂ ਪਹਿਲਾਂ ਹੈਗਾ ਚੋਣ ਖੇਤਰ ਨਿਸ਼ਚਿਤ ਕਰਨਾ ਕਿ ਕਿਸ ਜਗ੍ਹਾ ਚੋਣ ਕਰਨੀ ਹੈ। ਦੇਖੋ ਚੋਣ ਪੂਰੇ ਲੋਕ ਸਭਾ ਦੀ ਸਾਰੇ ਦੇਸ਼ ਵਿੱਚ ਕਰਾਉਣੀ ਹੈ, ਕਿਸੇ ਰਾਜ ਦੀ ਕਰਾਉਣੀ ਹੈ, ਪੰਚਾਇਤਾਂ ਦੀ ਕਰਾਉਣੀ ਹੈ, ਜ਼ਿਲ੍ਹਾ ਪ੍ਰੀਸ਼ਦਾਂ ਦੀ ਕਰਾਉਣੀ ਹੈ, ਕਿੱਥੇ ਚੋਣ ਕਰਾਉਣੀ ਹੈ, ਚੋਣ ਖੇਤਰ ਨਿਸ਼ਚਿਤ ਕਰਨਾ ਇਹ ਸਭ ਤੋਂ ਪਹਿਲਾਂ ਕੰਮ ਕਿਹਦਾ ਮੰਨਿਆ ਜਾਂਦਾ ਹੈ, ਚੋਣ ਪ੍ਰਕਿਰਿਆ ਦਾ ਸਭ ਤੋਂ ਪਹਿਲਾਂ ਕੰਮ ਹੁੰਦਾ ਹੈ ਕਿ ਚੋਣ ਕਿੱਥੇ ਕਰਵਾਉਣੀ ਹੈ। ਦੂਸਰੀ ਗੱਲ ਅੱਗੇ ਜੀ ਵੋਟਰ ਸੂਚੀਆਂ ਤਿਆਰ ਕਰਨਾ ਵੀ ਇਲੈਕਸ਼ਨ ਕਮਿਸ਼ਨ ਦੀ ਪ੍ਰੋਸੈਸ ਦੇ ਵਿੱਚ ਆ ਜਾਂਦਾ। ਜਦੋਂ ਪਤਾ ਲੱਗ ਜਾਂਦਾ ਵੀ ਇਸ ਖੇਤਰ ਦੇ ਵਿੱਚ ਇਲੈਕਸ਼ਨ ਕਰਵਾਈ ਜਾ ਰਹੀ ਹੈ, ਫਿਰ ਉਹਨਾਂ ਦੀ ਸੁਧਾਈ ਸ਼ੁਰੂ ਤੋਂ ਹੀ ਕਰ ਦਿੱਤੀ ਜਾਂਦੀ ਹੈ, ਜਿਹੜਾ ਵੀ ਵੋਟਰ ਕੋਈ ਰਹਿ ਨਾ ਜਾਵੇ। ਇਲੈਕਸ਼ਨ ਕਮਿਸ਼ਨ ਦਾ ਇਹ ਨਿਰਦੇਸ਼ ਹੁੰਦਾ ਵੀ ਕੋਈ ਵੋਟਰ ਜਿਹਦਾ ਨਿਸ਼ਚਿਤ ਮਿਤੀ ਨੂੰ ਜਿਹੜਾ ਉਹ ਵੋਟ ਪਾਉਣ ਤੋਂ ਇਨਕਾਰੀ, ਅਖੀਰਲੇ ਸਮੇਂ ਤੱਕ ਵੀ ਵੋਟਾਂ ਬਣਦੀਆਂ ਰਹਿੰਦੀਆਂ। ਇਸੇ ਤਰੀਕੇ ਨਾਲ ਚੋਣ ਮਿਤੀ ਦੀ ਘੋਸ਼ਣਾ ਕਰਨਾ, ਜੇ ਚੋਣ ਕਰਾਉਣੀ ਹੈ ਤਾਂ ਚੋਣ ਮਿਤੀ ਦੀ ਘੋਸ਼ਣਾ ਕਰਨੀ ਪੈਂਦੀ ਕਿ ਫਲਾਣੀ ਤਰੀਕ ਨੂੰ ਫਲਾਣੀ ਜਗ੍ਹਾ ਚੋਣ ਹੋਣੀ ਹੈ। ਜਿਵੇਂ ਤੁਹਾਨੂੰ ਇਗਜ਼ਾਮਪਲ ਦਿੱਤੀ ਹੈ ਕਿ ਪੰਜਾਬ 'ਚ ਜੋ ਰੀਸੈਂਟ ਚੋਣਾਂ ਹੋਈਆਂ ਨੇ ਉਹ 11/1/2017 ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਚੋਣਾਂ ਕਰਾਉਣੀਆਂ ਅਤੇ ਚੋਣ ਮਿਤੀ ਕੀ ਹੋਏਗੀ ਉਹਦੇ ਸੰਬੰਧੀ ਘੋਸ਼ਣਾ ਕਰਨੀ, ਇਹ ਵੀ ਚੋਣ ਆਯੋਗ ਦਾ ਕੰਮ ਹੈ। ਤੀਸਰੇ ਨੰਬਰ 'ਤੇ